ਭਾਲੀਏ ਇੱਕ ਨੂੰ ਠਾਣ ਮਾਰਨ ਤਲਵਾਰ ਦਰਿਆ ਦੇ ਵਿੱਚ ਘੱਗਰ ਵਿੱਚ ਕੌਣ ਮਾਰਦਾ ਸੀ ਇਹੋ ਹੀ ਮਿਲਟਰੀ ਵਾਲੇ ਅੱਛਾ ਮਾਰੀ ਜਾਂਦੇ ਸੀ ਵਿੱਚ ਹਾਂ ਪਾਣੀ ਹਾਂ ਮੁਸਲਮਾਨਾਂ ਨੂੰ ਜੱਟਾਂ ਦਾ ਪਿੰਡ ਸੀ ਹਟਾਉਣਾ ਉਹਨੂੰ ਬਸ ਰੋੜ ਦੇਣ ਤੁਸੀਂ ਦੇਖਿਆ ਉਹ ਮੰਦਰ ਹਾਂ ਮੈਂ ਦੇਖਿਆ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੀ ਕੀਤਾ ਵੀ ਸਾਡੇ 'ਤੇ ਹਵਾਈ ਫੈਲ ਕਰ ਦਈਏ ਤੁਹਾਡੇ ਉੱਤੇ ਹਾਂ ਵੀ ਇਹਨਾਂ ਨੂੰ ਪਤਾ ਨਾ ਲੱਗੇ ਕਰੜੂ ਕਾਟ ਨਾ ਪੜੇ ਰੋਣ ਨਾ ਵੀ ਇਹ ਕੰਮ ਕਰ ਰਹੇ ਹਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ ਠਾ ਕੇ ਬੈਰੂ ਵੀ ਸਾਡੇ ਠਾਣਾ ਦਾ ਉੱਥੋਂ ਨੂੰ ਵੀ ਲੰਘੇ ਪਲਾਖਾ ਪਿੰਡ ਸੀ ਉੱਥੇ ਨੂੰ ਵੀ ਲੰਘੇ ਖਜੂਰ ਸੀ ਬੜੀ ਲੰਬੀ ਉਹਦੇ 'ਤੇ ਬੰਦਾ ਨਹੀਂ ਸੀ ਚੜ੍ਹਦਾ ਕਿਹੜੇ ਪਿੰਡ ਪਲਾਖਾ ਪਿੰਡ ਅਤੇ ਫਿਰ ਅਜਰੌਰ ਪਿੰਡ ਉੱਥੇ ਵੀ ਨੂੰ ਲਖੇ ਰਾਜ ਪਰੇ ਆ ਕੇ ਫਿਰ ਇਹਨਾਂ ਨੇ ਵੱਡੇ ਕੈਂਪ 'ਚ ਰਲਾਇਆ ਵੱਡੇ ਕੈਂਪ ਦੇ ਵਿੱਚ ਹਾਂ ਵੱਡੇ ਕੈਂਪ 'ਚ ਤੁਹਾਡੇ ਪਿੰਡ ਇਕੱਲੇ ਨੂੰ ਅਲਹਿਦਾ ਰੱਖਿਆ ਅਲਹਿਦਾ ਹੀ ਰੱਖਿਆ ਉੱਥੇ ਗਈ ਤੇ ਉੱਥੇ ਫਿਰ ਜੰਗ ਹੋਈ ਉਹਨਾਂ ਦੀ ਚੰਗੀ ਮੁਸਲਮਾਨ ਵੀ ਮਰੇ ਤੇ ਫੌਜ ਵੀ ਵਿੱਚੇ ਮਰੀ ਪਬਲਿਕ ਵੀ ਵਿੱਚੇ ਮਰੀ ਹਾਂ ਲੁੱਟਮਾਰ ਵਾਲੇ ਉਹ ਵੀ ਵਿੱਚੇ ਸੁਬਾਹ ਤੇ ਗੋਲੀ ਚੱਲੀ ਆ ਅਸਰ ਵੇਲੇ ਤਈ ਕਿਹੜੇ ਪਿੰਡ ਦੀ ਨਾਂ ਲਿਆ ਤੁਸੀਂ ਮਸਿੰਗਣ ਮਸਿੰਗਣ ਤੇ ਫਿਰ ਉਹ ਆਪਣਾ ਵਾਪਸ ਹੋ ਗਏ ਉੱਥੇ ਮੁਸਲਮਾਨ ਮਰੇ ਹਾਂ ਹਾਂ ਉਸ ਤੋਂ ਫਿਰ ਸਾਨੂੰ ਉਠਾ ਲਿਆ ਉਠਾ ਕੇ ਭੁਰ ਰੇਹੜੀ ਸੀ ਪਿੰਡ ਭੁਰ ਰੇਹੜੀ ਉੱਥੇ ਮਹਾਰਾਜ ਦੀ ਕੋਠੀ ਸੀ ਸ਼ਰਕ ਪੱਕੀ ਵਿੱਚ ਆਉਂਦੀ ਸੀ ਉਸ ਕੋਠੀ 'ਚ ਸਾਨੂੰ ਵੜ ਸਾਰੇ ਪਿੰਡ ਨੂੰ ਸਾਰੇ ਪਿੰਡ ਬਹੁਤ ਵੱਡੀ ਕੋਠੀ ਸੀ ਬੜੀ ਕੋਠੀ ਚੱਕਲਦਾ ਇਤਨਾ ਵਾਲੇਕੁਮ ਸਲਾਮ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਮੇਰੇ ਨਾਂ ਜੀ ਹਾਜੀ ਸਦੀਕ ਹਾਜੀ ਸਦੀਕ ਜੀ ਤੁਹਾਡੇ ਵਾਲਦ ਮੁਹਤਰਮ ਦਾ ਨਾਮ ਸਿਕੰਦਰ ਸਿਕੰਦਰ ਅਤੇ ਤੁਹਾਡੇ ਜਿਹੜੇ ਦਾਦਾ ਜੀ ਦਾ ਨਾਂ ਪਤਾ ਦਾਦੇ ਦਾ ਨਾਂ ਦਾ ਚੂੜ ਸੀ ਅਤੇ 47 ਵੇਲੇ ਤੁਹਾਡੀ ਕਿੰਨੀ ਉਮਰ ਸੀ ਮੇਰੀ 15-16 ਸਾਲ ਉਮਰ ਸੀ ਸਹੀ ਇਹਦਾ ਮਤਲਬ ਤੁਹਾਨੂੰ ਹੋਈ ਸੀ ਪੂਰੀ ਹਾਂ ਹੋ ਸਕੀ ਠੀਕ ਹੋ ਗਿਆ ਪਿੰਡ ਦਾ ਨਾਂ ਪਤਾ ਤੁਹਾਨੂੰ ਕਿਹੜੇ ਪਿੰਡ ਦੇ ਹੋ ਹਾਂ ਇੰਡੀਆ ਤੋਂ ਇੰਡੀਆ ਦਾ ਪਤਾ ਕਿਹੜੇ ਪਿੰਡ ਦੇ ਅਸੀਂ ਘੁੜਾਮ ਦੇ ਆ ਹਾਂਜੀ ਘੁੜਾਮ ਘੁੜਾਮ ਹਾਂ ਅਤੇ ਜ਼ਿਲ੍ਹਾ ਕਿਹੜਾ ਸੀ ਇਹਦਾ ਰਿਆਸਤ ਪਟਿਆਲਾ ਰਿਆਸਤ ਪਟਿਆਲਾ ਅਤੇ ਜ਼ਿਲ੍ਹਾ ਜ਼ਿਲ੍ਹਾ ਨਹੀਂ ਸੀ ਨਾ ਅੱਛਾ ਰਿਆਸਤ ਹੀ ਸੀ ਰਿਆਸਤ ਸੀ ਸਹੀ ਹੋ ਗਿਆ ਅਤੇ ਤਹਿਸੀਲ ਕੋਈ ਹੈ ਸੀ ਇਹਦੀ ਹਾਂਜੀ ਤਹਿਸੀਲ ਤਹਿਸੀਲ ਹੈ ਸੀ ਤਹਿਸੀਲ ਕਿਹੜੀ ਸੀ ਤਹਿਸੀਲ ਰਾਜਪੁਰਾ ਰਾਜਪੁਰਾ ਜੀ ਸਹੀ ਅਤੇ ਤੁਸੀਂ ਤੁਹਾਡਾ ਜਿਹੜਾ ਪਿੰਡ ਸੀ ਕਿੰਨੀ ਕੁ ਆਬਾਦੀ ਆਉਣੀ ਆ ਆਬਾਦੀ ਇਹ ਪਿੰਡ ਗਰਕ ਹੋਇਆ ਸੀ ਫਿਰ ਆਬਾਦੀ ਹੋਈ ਸੀ ਕੀ ਮਤਲਬ ਕੀ ਹੋਇਆ ਸੀ ਉੱਥੇ ਹੋਇਆ ਕੋਹਰਾਮ ਬਾਦਸ਼ਾਹ ਕਾਫਰ ਉਹਨੂੰ ਗਰਕ ਕਰਿਆ ਜੰਗ ਹੋਈ ਆ ਉਸ ਪਿੰਡ ਦੇ ਉੱਤੇ ਉਸ ਪਿੰਡ ਦੇ ਮੁਸਲਮਾਨ ਸੀ ਬਾਦਸ਼ਾਹ ਕਿ ਹਿੰਦੂ ਸੀ ਹਿੰਦੂ ਸੀ ਜੀ ਅਤੇ ਪਿੰਡ ਜਿਹੜਾ ਤੁਹਾਡਾ ਸੀ ਹਾਂ ਉਹ ਉਸ ਵੇਲੇ ਮੁਸਲਮਾਨਾਂ ਦਾ ਸੀ ਹਾਂ ਮੁਸਲਮਾਨਾਂ ਦਾ ਉਹਦੇ 'ਚ ਇਹ ਸੀ ਖੱਤਰੀਆਂ ਦੀ ਇੱਕ ਦੁਕਾਨ ਸੀ ਉਹ ਵੀ ਛੱਡ ਗਿਆ ਨਿਕਲ ਗਿਆ ਸਹੀ ਹਿੰਦੂ ਘੁਮਿਆਰ ਸੀ ਉਹ ਬਸਤੀ ਚਮਿਆਰਾਂ ਦੀ ਵੱਖਰੀ ਚੂੜਿਆਂ ਦੀ ਵੱਖਰੀ ਸਹੀ 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 ਮੀਰਾ ਸਾਹਿਬ ਦਾ ਦਰਬਾਰ ਸੀ ਉੱਥੇ ਮੀਰਾ ਸਾਹਿਬ ਉਹ ਬਜ਼ੁਰਗ ਸਨ ਉੱਥੇ ਬਜ਼ੁਰਗ ਸਨ ਢੇਰੀ ਸੀ ਉਹਨਾਂ ਦੀ ਉੱਥੇ ਮੇਲਾ ਲੱਗਦਾ ਸੀ ਮੇਲਾ ਲੱਗਦਾ ਸੀ ਹਾਂਜੀ ਲੰਗਰ ਜਾ ਰਹੀ ਸੀ ਠੀਕ ਹੋ ਗਿਆ ਹਾਂਜੀ ਅਤੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਉਸ ਪਿੰਡ 'ਚ ਆਬਾਦ ਸਨ ਕਮੋ ਬਲਾਦਰੀ ਹੋਰ ਕਿਹੜੀ ਸੀ ਜਾਂ ਮਿਸਤਰੀ ਮੁਗਲ ਬਲਾਦਰੀ ਜਾਂ ਖੋਜੇ ਸਹੀ ਦੋ ਘਰ ਘੇਰਾ ਦਾ ਸਨ ਹਿੰਦੂਆਂ ਦੇ ਉਹ ਵੀ ਨਿਕਲ ਗਏ ਸੀ ਕਿਸ ਵੇਲੇ ਨਿਕਲ ਗਏ ਸੀ 47 ਜਦੋਂ 47 ਦੀ ਜੰਗ ਲੱਗੀ ਆ ਅਤੇ ਸਿੱਖਾਂ ਦੇ ਘਰ ਕਿੰਨੇ ਕੁ ਸਨ ਸਿੱਖਾਂ ਦਾ ਉੱਥੇ ਹੈ ਹੀ ਕੋਈ ਨਹੀਂ ਕੋਈ ਘਰ ਸਿੱਖਾਂ ਕੋਈ ਘਰ ਨਹੀਂ ਸੀ ਸਭ ਮੁਸਲਮਾਨ ਸਨ
ਤੇ ਤੁਸੀਂ ਉਸ ਟਾਈਮ ਤੁਹਾਡੇ ਵਡੇਰੇ ਜਾਂ ਤੁਸੀਂ ਕੀ ਕੰਮ ਕਰਦੇ ਸੀ ਉਦੋਂ? ਕੰਮ ਆਪਣਾ ਬਾਈ ਵੀ ਕਰਦੇ ਸੀ, ਤਾਇਆ ਸਾਡਾ ਸਹੀ, ਕੋਈ ਆਪਣਾ ਕੰਮ ਵੀ ਕਰਦੇ ਸੀ, ਲੁਹਾਰਾ। ਅੱਛਾ, ਲੁਹਾਰਾ ਵੀ, ਲੋਹੇ ਦਾ ਕੰਮ। ਪੜ੍ਹਨਾ ਕੀ ਸੀ, ਨਸੀਬਤ ਵਿੱਚ ਪੈ ਗਏ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਲੰਬੜਦਾਰ ਸਨ? ਲੰਬੜਦਾਰ ਇੱਕ ਸੀ, ਸਫੈਦ ਪੋਸ ਸੀ, ਜੈਲਦਾਰ ਸੀ। ਕੀ ਨਾਮ ਸੀ ਉਹਨਾਂ ਦਾ? ਸਫੈਦ ਪੋਸ ਸੀ ਜਿਹੜਾ, ਉਹਦੇ ਨਾਂ ਅਬਦੁਰਮਾਨ। ਅਬਦੁਰਮਾਨ, ਹਾਂ। ਕਿਹੜੀ ਬਰਾਦਰੀ ਦਾ ਲੱਗ ਸੀ? ਕੰਬੋ। ਕੰਬੋ ਸੀ, ਹਾਂ ਜੀ। ਘਰ ਬਾਰ ਉਹਦਾ ਕਿਸ ਤਰ੍ਹਾਂ ਦਾ ਸੀ? ਅੱਛਾ ਸੀ। ਕੱਚਾ ਸੀ ਕਿ ਪੱਕਾ? ਪੱਕੇ। ਪੱਕੇ ਘਰ ਸਨ ਸਾਰਿਆਂ ਦੇ? ਪੱਕੇ, ਛੋਟੀ ਇੱਟ ਦੇ। ਤੁਹਾਡੇ ਵੀ ਪੱਕੇ ਘਰ? ਸਾਡੇ ਵੀ ਪੱਕੇ। ਕਿਹੜੀ ਸਾਈਡ ਤੇ ਸਨ ਤੁਹਾਡੇ ਘਰ? ਸਾਡੇ ਚੜ੍ਹਦੇ, ਚੜ੍ਹਦੇ ਪਾਸੇ, ਹਾਂ ਜੀ, ਮੀਰਾ ਸਾਹਿਬ ਦੇ ਨਾਲ ਹੀ ਸੀ, ਵਿੱਚ ਰਾਹ ਸੀ ਜਿਹੜਾ ਪੀਰ ਸਾਹਿਬ ਦਾ ਦਰਬਾਰ ਸੀ। ਹਾਂ, ਉੱਥੇ ਕਿੰਨਵਾਂ ਆਟਵਾਂ ਸੀ ਤੁਹਾਡਾ ਘਰ? ਮੇਰਾ ਖਿਆਲ ਆ ਥੋੜ੍ਹੇ ਹੀ ਸੀ, ਜ਼ਿਆਦਾ ਫਰਕ ਨਹੀਂ ਸੀ, ਕੋਈ ਥੋੜ੍ਹਾ ਹੀ ਫਰਕ ਸੀ, ਹਾਂ, ਜ਼ਿਆਦਾ ਨਹੀਂ ਸੀ। ਵਿੱਚ ਉਸੇ ਗਲੀ ਦੇ ਵਿੱਚ ਸੀ? ਹਾਂ, ਜਿੱਥੇ ਪੀਰ ਸਾਹਿਬ ਦਾ ਦਰਬਾਰ ਸੀ। ਹਾਂ, ਉਹ ਅਲੈਦਾ ਸੀ। ਹਾਂ, ਜਿਹੜੇ ਤੁਹਾਡੇ ਮੁਗਲ ਬਰਾਦਰੀ ਸੀ, ਹਾਂ, ਇਹਨਾਂ ਦਾ ਮੱਲਾ ਅਲੈਦਾ ਸੀ, ਕੰਬੋਵਾਂ ਦਾ ਅਲੈਦਾ ਸੀ? ਹਾਂ, ਅਲੈਦਾ ਸੀ। ਆਬਾਦ ਤੇ ਮਸਜਿਦਾਂ ਕਿੰਨੀਆਂ ਸੀ ਉਸ ਪਿੰਡ ਦੇ ਵਿੱਚ? ਮਸਜਿਦਾਂ ਇੱਕ ਸਾਡੀ ਬਸਤੀ ਸੀ, ਹਾਂਜੀ, ਇੱਕ ਵੱਡੀ ਬਸਤੀ ਚ ਸੀ। ਬਸਤੀ ਨਾਲ ਨਾਲ ਹੀ ਸੀ ਕਿ ਲਹਿਦਾ ਲਹਿਦਾ ਸੀ? ਵਿੱਚ ਪਹਾੜੀ ਸੀ, ਉਹਦੇ ਉੱਤੇ ਬਾਰਾਦਰੀ ਬਣੀ ਸੀ। ਬਾਰਾਦਰੀ ਬਣੀ ਸੀ? ਬਾਰਾਦਰੀ, ਉਹਦੇ ਨਾਲ ਰਾਹ ਜਾਂਦਾ ਸੀ, ਅੱਗੇ ਬਸਤੀ ਸੀ ਵੱਡੀ। ਬਸਤੀ ਸੀ ਵੱਡੀ, ਹਾਂਜੀ। ਤੁਹਾਡੇ ਵਾਲੀ ਛੋਟੀ ਬਸਤੀ, ਉਹਨਾਂ ਦੀ ਵੱਡੀ ਬਸਤੀ? ਹਾਂ, ਉੱਥੇ ਕਿਹੜੀ? ਸਾਡਾ ਪਿੰਡ ਜਿਹੜਾ ਸੀ ਬਸਤੀ, ਇਹਨੂੰ ਕੋਟਲਾ ਬੋਲਦੇ ਸੀ। ਕੋਟਲਾ, ਕੋਟਲਾ, ਸਹੀ ਸਹੀ। ਤੇ ਦੂਸਰੀ ਜਿਹੜੀ ਬਸਤੀ ਸੀ ਉਹਨੂੰ ਕੀ ਬੋਲਦੇ ਸੀ? ਉਹਨੂੰ ਬਸਤੀ ਜਾਂਦੇ ਸੀ। ਉਹਨੂੰ ਬਸਤੀ ਜਾਂਦੇ? ਠੀਕ ਹੋ ਗਿਆ। ਤੇ ਜਦੋਂ ਤੁਹਾਡੇ ਬਜ਼ੁਰਗ ਉੱਥੇ ਵਾਹੀ ਵੀ ਕਰਦੇ ਸੀ, ਤੁਸੀਂ ਵੀ ਜਾਂਦੇ ਗੱਡੇ ਛੱਡੇ ਪਾਉਣ ਜਾਂ ਪਿਆਲੀਆਂ ਪੁਲੀਆਂ 'ਚ? ਹਾਂ, ਕੋਈ ਪੰਜ ਕੁ ਪੈੜੀਆਂ ਤਾਇਆ ਵਾਹੀ ਕਰਦਾ ਸੀ। ਸਹੀ ਸਹੀ ਸਹੀ। ਕੀ ਨਾਂ ਸੀ ਤੁਹਾਡੇ ਤਾਇਆ ਜੀ ਦਾ? ਮਾੜੂ। ਮਾੜੂ। ਤੇ ਤੁਹਾਡੇ ਵਾਲਦ ਸਾਹਿਬ ਵੀ ਵਾਹੀ ਕਰਦੇ ਸੀ? ਨਹੀਂ, ਉਹ ਆਪਣੀ ਲੋਹੇ ਦਾ ਕੰਮ ਕਰਦੇ ਸੀ, ਦਿਹਾੜੀ ਡੱਪਾ ਕਰ ਲੈਂਦੇ। ਠੀਕ ਹੋ ਗਿਆ। ਤੇ ਆਲੇ ਦੁਆਲੇ ਪਿੰਡਾਂ ਦੇ ਨਾਂ ਤਾਂ ਦੱਸੋ ਮੈਨੂੰ। ਹਾਂ, ਪੁੱਛੋ, ਮੈਂ ਦੱਸਣਾ। ਸਾਡੇ ਪਿੰਡ ਦੁੱਧਣ ਵੀ ਥਿਆ। ਹਾਂਜੀ, ਦੁੱਧਣ ਪਿੰਡ, ਹਾਂਜੀ, ਇਹ ਆਪਣਾ ਗੁੰਸਲਾ ਪਿੰਡ, ਕਿਸ਼ਨਪੁਰ ਪਿੰਡ, ਜੁਲਕਾ ਅਤੇ ਭੂਸਲਾ, ਇਹ ਕਰਨਾਲ 'ਚ ਸੀ। ਕਰਨਾਲ ਦੇ ਵਿੱਚ, ਹਾਂ। ਇਹਦੇ ਵਿੱਚ ਵੱਡਾ ਪਿੰਡ ਕਿਹੜਾ ਸੀ ਜਿਹੜੇ ਪਿੰਡਾਂ ਦਾ ਨਾਮ ਲਿਆ? ਇਹਨਾਂ 'ਚ ਹਾਂਜੀ ਪੂਰੇ ਜਾਂ ਸਣ ਵੱਡੇ ਕਿਹੜੇ ਸਣ? ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਜਿੱਥੇ ਤੁਸੀਂ ਈਦ ਵਿਆਹ ਨੂੰ ਕੱਪੜੇ ਛੱਪੜੇ ਲੈਣ ਦੇਣ ਜਾਂਦੇ ਸੀ ਜਾਂ ਕੋਈ ਸੌਦਾ? ਉਹ ਪਟਿਆਲੇ। ਪਟਿਆਲੇ ਜਾਂਦੇ? ਪਟਿਆਲੇ। ਪਟਿਆਲਾ ਕਿੰਨੇ ਕਿਲੋਮੀਟਰ 'ਚ ਸੀ ਤੁਹਾਡੇ? 12 ਕੁ ਆਖ ਲਏ, ਬਸ ਹੁਣ ਮੀਟਰ ਲਾ ਲਏ ਕਿੰਨੇ। ਸਹੀ ਸਹੀ, 12 ਕੁ ਸੀ। ਠੀਕ ਹੋ ਗਿਆ। ਹਾਂ, ਹੁਣ ਮੈਨੂੰ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂ, ਤੁਹਾਡੀ ਉਮਰ ਵੀ ਦੱਸੀ 16 ਸਾਲ, ਹਾਂ, ਉਦੋਂ ਕਿੱਦਾਂ ਪਤਾ ਲੱਗਾ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨ? ਉਹ ਸਾਨੂੰ ਪਤਾ ਇਸ ਤਰ੍ਹਾਂ ਲੱਗਿਆ, ਜਿਹੜਾ ਉਹ ਸਫੈਦ ਪੋਸ ਸੀ ਨਾ, ਹਾਂਜੀ, ਇਹਨੇ ਬੈਠਕ ਬਣਾਈ ਆਪਣੀ, ਅਖਬਾਰ ਪੜ੍ਹ ਰਿਹਾ, ਸਹੀ, ਮਾਂ ਆ ਗਈ ਉਹਦੀ ਉੱਤੇ, ਹਾਂਜੀ, ਤੇ ਉਹਨੇ ਸਿਰ ਮਾਰਿਆ ਅੱਜ। ਮਾਂ ਨੇ ਪੁੱਛਿਆ ਕੀ ਗੱਲ ਬੱਚਿਆ, ਆਖੇ ਅੱਬਾ ਅਸਾਂ ਰਹਿਣਾ ਨਹੀਂ ਇੱਥੇ। ਸਫੈਦ ਪੋਸ ਨੇ ਕਿਹਾ? ਹਾਂ, ਸਹੀ, ਅਤੇ ਆਪਣਾ ਅਸਾਂ ਟੁਰ ਜਾਣਾ ਵਾ ਇੱਥੇ ਰਹਿਣਾ ਨਹੀਂ, ਇਸ ਤਰ੍ਹਾਂ ਪਤਾ ਲੱਗਿਆ। ਨਹੀਂ, ਅਖਬਾਰ ਵਗੈਰਾ ਪੜ੍ਹਦਾ ਸੀ ਉਹ ਬੰਦਾ? ਹਾਂ, ਅਖਬਾਰ ਪੜ੍ਹਦਾ ਸੀ। ਅਤੇ ਤੁਹਾਡੇ ਪਿੰਡੋਂ ਜਦੋਂ ਤੁਸੀਂ ਨਿਕਲੇ ਹੋ, ਹਾਂ, ਸਾਰੀ ਤੁਹਾਡੀ ਬਰਾਦਰੀ ਵੀ, ਕੰਬੋਵਾਂ ਦੀ ਬਰਾਦਰੀ ਵੀ, ਹਾਂ, ਉਦੋਂ ਕੀ ਕੋਈ ਬੈਠਕ ਸ਼ੈਠਕ ਹੋਈ, ਕੋਈ ਬਹਿ ਕੇ ਗੱਲਬਾਤ ਹੋਈ ਪਿੰਡ ਦੇ ਲੰਬੜਦਾਰ ਨੇ ਕੀਤੀ ਕਿ ਆਪਣੇ ਆਪਣੇ ਹੀ ਲੈ ਕੇ ਨਿਕਲੇ ਬੰਦੇ? ਚਾਰ ਬੰਦੇ ਜਦੋਂ ਸਾਡੇ 'ਤੇ ਚੜ੍ਹਾਈ ਹੋ ਗਈ ਨਾ,
ਕਿਹਨਾਂ ਨੇ ਚੜ੍ਹਾਈ ਕੀਤੀ? ਫੌਜ ਨੇ। ਫੌਜ ਨੇ ਕੀਤੀ? ਫੌਜ ਨੇ। ਧੰਦੀਆਂ ਪਿੰਡ ਸੀ ਅੰਗਰੇਜ਼ੀ 'ਚ, ਹਾਂਜੀ, ਉਹ ਗਾਇਆ ਸ਼ਾਇਆ ਖਾਂਦੇ ਸੀ ਕਰਕੇ ਹਲਾਲ। ਅਤੇ ਸਿੱਖ ਸਨ ਨਹੀਂ, ਕਿਹੜੇ ਮੁਸਲਮਾਨ ਸਨ ਉਹਦੇ? ਮੁਸਲਮਾਨ ਮੁਸਲਮਾਨ। ਅੱਛਾ, ਫਿਰ ਸਿੱਖਾਂ ਨੇ ਕੀ, ਉਹ ਜਥੇ ਬਣ ਗਏ ਸਨ, ਉਹ ਸਿੱਖ ਉਹਨਾਂ ਨੂੰ ਪੈ ਗਏ ਉਸ ਮੁਸਲਮਾਨ ਪਿੰਡ ਨੂੰ, ਮੁਸਲਮਾਨ ਪਿੰਡ ਨੂੰ। ਉੱਥੇ ਕੋਈ ਮਾਰਕੁੱਟ ਹੋਈ ਆ, ਗੋਲੀ ਛੋਲੀ ਚੱਲੀ ਆ, ਪਰ ਮੁਸਲਮਾਨਾਂ ਦਾ ਵਾਲ ਨਹੀਂ ਵਿੰਗਾ ਹੋਇਆ, ਸਿੱਖ ਨੱਸ ਗਏ। ਅੱਛਾ, ਮੁਸਲਮਾਨਾਂ ਨੇ ਵੀ ਫਿਰ ਚਲਾਈ? ਹਾਂ। ਅਤੇ ਫਿਰ ਅਗਲੇ ਡੰਗ, ਹਾਂਜੀ, ਉਹ ਆਏ ਅਤੇ ਪਿੰਡ ਖਾਲੀ, ਉਹ ਨਿਕਲ ਗਏ, ਨਿਕਲ ਗਏ। ਉਹ ਫਿਰ ਜਿਹੜੀ ਮਿੰਟਰੀ ਸੀ ਉਹ ਗਈ ਮਸਿੰਗੜ 'ਤੇ, ਪਿੰਡ ਮਸਿੰਗੜ ਸੀ, ਹਾਂਜੀ, ਉੱਥੇ ਗਈ ਅਤੇ ਉੱਥੇ ਫਿਰ ਜੰਗ ਹੋਈ ਉਹਨਾਂ ਦੀ ਚੰਗੀ। ਮੁਸਲਮਾਨ ਵੀ ਮਰੇ ਅਤੇ ਫੌਜ ਵੀ ਵਿੱਚੇ ਮਰੀ, ਪਬਲਿਕ ਵੀ ਵਿੱਚੇ ਮਰੀ, ਹਾਂ, ਲੁੱਟਮਾਰ ਵਾਲੇ ਉਹ ਵੀ ਵਿੱਚੇ। ਸੁਬਾਹ ਤੋਂ ਗੋਲੀ ਚੱਲੀ ਆ ਅਸਰ ਵੇਲੇ ਤਈ। ਕਿਹੜੇ ਪਿੰਡ ਦੀ ਨਾਂ ਲਿਆ ਤੁਸੀਂ? ਮਸਿੰਗਣ। ਮਸਿੰਗਣ। ਅਤੇ ਫਿਰ ਉਹ ਆਪਣਾ ਵਾਪਸ ਹੋ ਗਏ। ਉੱਥੇ ਮੁਸਲਮਾਨ ਮਰੇ? ਹਾਂ, ਮੁਸਲਮਾਨ ਵੀ, ਸਿਪਾਹੀ ਵੀ ਮਾਰੇ। ਅਤੇ ਉਹ ਫਿਰ ਆਪਣਾ ਵਾਪਸ ਹੋ ਗਏ। ਅਗਲੇ ਡੰਗ ਫਿਰ ਅਸਲੇ ਦੇ ਟਰੱਕ ਭਰੇ, ਵਿੱਚ ਗ੍ਰਨੇਡ ਰੱਖੇ। ਉਹ ਕਿੰਨੇ ਭਰ ਕੇ ਲਿਆਉਂਦੇ ਸੀ ਫੌਜ ਨੇ? ਉਹ ਫੌਜ ਨੇ, ਮਹਾਰਾਜ ਪਟਿਆਲਾ ਦਾ ਜਿਹੜਾ, ਇਹਨੇ ਇਕੱਲੀ ਸੀ। ਇਹਦੀ ਬਾਂ ਨੇ ਆਖਿਆ ਸੀ ਵੀ ਤੂੰ ਮੁਸਲਮਾਨਾਂ ਨਾਲ ਨਾ ਵਿਗੜੀ। ਮਹਾਰਾਜ ਪਟਿਆਲੇ ਨੂੰ ਕਿਹਾ ਸੀ? ਹਾਂ, ਮਾਂ ਨੇ, ਸਹੀ, ਇਹਦੀ ਨੇ, ਰਾਜੇ ਦੀ। ਉਹਨੇ ਪੰਗਾ ਲੈ ਲਿਆ ਫਿਰ। ਅੱਛਾ, ਉਹਨੇ ਫਿਰ ਮੁਸਲਮਾਨਾਂ ਨਾਲ ਪੰਗਾ ਲਿਆ। ਆਖੇ ਤੇਰੀ ਹਕੂਮਤ ਨਹੀਂ ਰਹਿਣੀ, ਤੂੰ ਨਾ ਇਹਨਾਂ ਨੂੰ ਛੇੜੀ, ਤੂੰ ਆਪਣਾ ਆਰਾਮ ਨਾਲ ਬਹੋ। ਨਹੀਂ ਬੈਠਿਆ ਗਿਆ, ਸਿੱਖ ਸੀ। ਅਤੇ ਫਿਰ ਉਹ ਜਿਹੜਾ ਟਰੱਕ ਅਸਲੇ ਦੇ, ਫੌਜ ਵੀ ਆਈ ਹੋਰ, ਉਹ ਆਏ ਮਸਿੰਗੜ ਦੇ, ਮਸਿੰਗੜ ਵੀ ਪਿੰਡ ਖਾਲੀ ਹੋ ਗਿਆ, ਕੋਈ ਸ਼ਾਇਦ ਉਹ ਵੀ ਚਲੇ ਗਏ। ਅਤੇ ਫਿਰ ਉੱਥੋਂ ਹੋ ਕੇ ਵਾਪਸ ਫਿਰ ਸਾਡੇ ਪਿੰਡ 'ਤੇ ਕਰੀ ਚੜ੍ਹਾਈ। ਤੁਹਾਡੇ ਪਿੰਡ ਚੜ੍ਹਾਈ ਕੀਤੀ? ਹਾਂਜੀ। ਉੱਥੇ ਕੀ ਬਣਿਆ ਤੁਹਾਡਾ? ਦੱਸੋ, ਉੱਥੇ ਕੀ ਬਣਿਆ? ਲਪਟੈਨ ਸੀ ਜਿਹੜਾ ਇਹਨਾਂ ਦਾ, ਹਾਂਜੀ, ਉਹਨੇ ਆਖਿਆ ਕਿ ਤੁਸੀਂ ਆਰਾਮ ਨਾਲ ਪਾਕਿਸਤਾਨ ਜਾਣਾ ਚਾਹੁੰਦੇ ਆ ਜਾਂ ਲੜਾਈ ਕਰਨੀ ਆ? ਆਖੇ ਅਸੀਂ ਸਰਕਾਰ ਨਾਲ ਕਿੰਨਾ ਕੀ ਲੜਾਂਗੇ, 6 ਮਹੀਨੇ ਲੜਾਂਗੇ, ਸਾਲ ਲੜਾਂਗੇ, 2 ਸਾਲ ਲੜਾਂਗੇ, ਆਖਿਰ ਅਸਾਂ ਹਰਨਾ ਹੀ ਹਰਨਾ, ਅਸੀਂ ਆਰਾਮ ਨਾਲ ਜਾਣਾ ਚਾਹੁੰਦੇ ਹਾਂ। ਤੁਹਾਡੇ ਲੰਬੜਦਾਰ ਨੇ ਗੱਲ ਕੀਤੀ? ਜੀ, 4 ਬੰਦੇ ਗਏ ਉੱਥੇ ਮੂਤਵਰ, ਉਹਨਾਂ ਗੱਲ ਕੀਤੀ, ਆਖੇ ਇੱਥੇ ਆ ਜਾਓ ਮੇਰੇ ਕੋਲ, ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ। ਉਹਨਾਂ ਨੇ ਕਿਹਾ? ਹਾਂਜੀ, ਮੀਰਾ ਸਾਹਿਬ ਦੇ ਦਰਬਾਰ ਸੀ, ਸਾਰੀ ਪਬਲਿਕ ਛੋਟੇ, ਪਹਿਲਾਂ CRDE ਲਈ ਗਈ ਸੀ, ਦੇਗਾ ਆਲਾ ਵਾਸਤੇ ਲਾ ਰਹੇ ਹਾਂ, ਚੌਲ ਖਾ ਰਹੇ ਹਾਂ ਉੱਥੇ ਉੱਥੇ, ਹਾਂਜੀ, ਪਹਿਲੇ ਦਰਬਾਰ 'ਤੇ ਨਹੀਂ, ਆਪਣੇ ਘਰਾਂ 'ਚ ਲਾ ਰਹੇ ਹਾਂ। ਅਤੇ ਉਹ ਜਿਹੜਾ CRDE ਵਾਲਾ, ਉਹ ਸਾਰੇ ਮੋਰਚੇ ਵੇਖ ਰਿਹਾ, ਉਹਨੇ ਭਗਵਾਂ ਬਾਣਾ ਪਾਇਆ ਫਕੀਰੀ ਵੀ ਮੇਰਾ ਭੇਤ ਨਾ ਆਵੇ। ਹਾਂ, ਉਸਨੇ ਸਭ ਕੁਛ ਦੇਖਿਆ। ਉਹ ਫਿਰ ਵਿੱਚ ਬੰਦਿਆਂ ਨੇ ਕਰ ਲਿਆ ਵੀ ਇਹ ਤਾਂ ਕੰਮ ਬੜਾ ਖਰਾਬ ਆ, ਉਹ ਬੰਦੇ ਨੂੰ ਫੜ ਲਿਆ, ਮੀਰਾ ਸਾਹਿਬ ਦਾ ਕਟਹਿੜਾ ਸੀ ਉਹਨੂੰ ਲਗਾਏ, ਉੱਥੇ ਤਲਵਾਰ ਲੈ ਲਈ ਵੀ ਇਹਨੂੰ ਮਾਰ ਦਈਏ, ਮੈਂ ਨਾਲ ਹਾਂ। ਉਸ ਵਕਤ ਤੁਸੀਂ ਨਾਲ ਸੀ? ਅਤੇ ਚੂੜੇ ਜਿਹੜੇ ਸਨ ਨਾ, ਉਹ ਆ ਗਏ, ਆਖੇ ਇਹ ਤਾਂ ਮੀਆਂ ਸਾਹਿਬ, ਇਹ ਸਾਡਾ ਬੰਦਾ, ਇਹ ਤਾਂ ਹੈ ਹੀ ਨਹੀਂ, ਉਹ ਇਹ ਤਾਂ ਭਗਤ ਲੋਕ ਆ। ਅੱਛਾ, ਚੂੜਿਆਂ ਨਾਲ ਲਏ ਸੀ? ਹਾਂ, ਉਹ ਛਡਾ ਦਈਆ। ਅਗਲੀ ਸਵੇਰ ਹੋਈ ਨਾ ਜਿਸ ਵੇਲੇ, ਉਹ ਵੀ ਨਾਲ ਆ, ਉਸੇ ਬਾਣੇ 'ਚ, ਉਹ ਜਿਹੜਾ ਡਾਂਗ ਸੋਟਾ ਟਕਵਾ ਬੱਲਮ ਸਾਰਾ ਸਟਾਉਂਦਾ ਰਿਹਾ, ਉਹ ਬੰਦਾ, ਉਹ ਬੰਦਾ, ਹੋਰ ਵੀ ਪਬਲਿਕ। ਤੇ ਚੂੜੇ ਤੁਹਾਡੇ ਪਿੰਡ ਦੇ ਸਨ? ਹਾਂ, ਪਿੰਡ ਦੇ ਸਨ। ਉਹਨਾਂ ਦੇ ਨਾਂ ਪਤਾ ਨਾ ਕੋਈ? ਛੋਟਾ ਚੂੜਾ ਅਤੇ ਇਸ ਤਰ੍ਹਾਂ ਨਾਂ ਹੈ ਨਾ, ਯਾਦ ਨਾਂ ਹੈਗਾ ਯਾਦ ਦੱਸੋ, ਕਿਉਂਕਿ ਗਰਦਾਰਾਂ ਦਾ ਪਤਾ ਲੱਗਣਾ ਚਾਹੀਦਾ ਨਾ, ਕਿੰਨੇ ਗਰਦਾਰੀ ਕੀਤੀ। ਨੱਥੂ ਚੂੜਾ ਇਸ ਤਰ੍ਹਾਂ ਵਿੱਚ ਯਾਦ ਆ, ਕੋਈ ਭੁੱਲ ਭੱਲ ਵੀ ਗਏ ਹੁਣ, ਅਰਸਾ ਵੀ ਬਾਬਾ ਹੋ ਗਿਆ, ਠੀਕ ਹੋ ਗਿਆ। ਅੱਛਾ, ਉਹ ਫਿਰ ਉਹਨੇ 2 ਨੰਬਰੀ ਕੀਤੀ ਤੁਹਾਡੇ ਨਾਲ? ਹਾਂ, ਉਹਨੂੰ ਛਡਾ ਕੇ ਲੈ ਗਿਆ। ਹਾਂ, ਅਤੇ ਫਿਰ ਅਸੀਂ ਉਹ ਲਪਟੈਨ ਨੇ ਆਖਿਆ ਸੀ ਵੀ ਇਸ ਜਗ੍ਹਾ 'ਤੇ ਇਕੱਠੇ ਹੋ ਜਾਓ, ਖੂਹ ਸੀ,
ਉਹ ਖਦਈਏ ਵਾਲਾ ਖੂਹ ਵੱਜਦਾ ਸੀ, ਖੱਤਾ ਸੀ ਨਾਲ, ਖਦਈਏ ਖਦਈਏ ਵਾਲਾ ਖੂਹ। ਉਹ ਖੱਤੇ 'ਚ ਸਾਰੇ ਬੀਬੀਆਂ ਬੰਦੇ ਬੱਚੇ, ਜਿਹੜਾ ਕੋਈ ਨੱਠ ਭੱਜ ਗਿਆ ਤਾਂ ਬਟਨ ਨੇ ਆਖਿਆ ਸੀ ਮਾਰਿਆ ਗਿਆ, ਮੈਂ ਜ਼ਿੰਮੇਦਾਰ, ਉਹਦਾ ਕੋਈ ਨਹੀਂ ਹੈ, ਜਿਹੜਾ ਮੇਰੇ ਕੋਲ ਆ ਗਿਆ ਇਕੱਠੇ ਹੋ ਗਏ, ਇਹਨਾਂ 'ਚੋਂ ਕੋਈ ਨਾ ਮਰੇਗਾ। ਇਸ ਤਰ੍ਹਾਂ ਅਸੀਂ ਇਕੱਠੇ ਹੋ ਗਏ, ਗਜ਼ ਮਸ਼ੀਨਾਂ ਦੁਆਲੇ ਲਾ ਦੀਆਂ, ਨਾਲੇ ਰੋ ਰਹੇ ਹਾਂ, ਨਾਲੇ ਬੀਬੀਆਂ ਜਿਹੜੇ ਗਹਿਣੇ ਸਨ ਫੜੇ ਪਏ ਉਹ ਗਾਰੇ 'ਚ ਤੁੰਨ ਦੀ ਗਾਰੇ 'ਚ ਤੁੰਨ ਹੀ ਗਏ, ਨਾਲੇ ਰੋਂਦੇ ਹਾਂ ਵੀ ਅਸਾਂ ਤਾਂ ਹੁਣ ਮਰ ਜਾਣਾ ਘੜੀ ਨੂੰ ਫਲ ਨੂੰ। ਹਾਂ ਮਾਰ ਦੇਣਗੇ। ਫਿਰ ਉੱਥੋਂ ਸਾਨੂੰ ਉਠਾਇਆ, ਚਲੋ ਬਾਈ ਦੁਆਲੇ ਮਿੰਟਰੀ ਹੋ ਗਈ, ਵਿੱਚ ਅਸੀਂ ਇੱਕ ਨਹਿਰ ਸਮਝ ਲਿਓ, ਉਹਦੇ ਕੰਢੇ 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 ਅਸੀਂ ਦਰਿਆ 'ਤੇ ਜਾ ਪੜੇ। ਉਹ ਦੇਵੀਗੜ੍ਹ ਵੱਜਦਾ ਸੀ, ਬੰਗਲਾ ਸੀ ਉੱਥੇ। ਦਿਨੇ ਨਿਕਲੇ ਕਿ ਰਾਤ ਨਿਕਲੇ? ਫੌਜ ਦੇ ਨਾਲ ਦਿਨ ਨੂੰ ਨਿਕਲੇ। ਦਿਨ ਨੂੰ, ਦਿਨ ਨੂੰ ਟਾਈਮ ਹੋਏਗਾ, ਟਾਈਮ ਬਸ ਅਸਰ ਜ਼ੋਰ ਦਾ ਵਕਤ, ਅਸਰ ਜ਼ੋਰ ਦਾ ਵਕਤ। ਅਤੇ ਫਿਰ ਉੱਥੇ ਜਾ ਕੇ ਸਾਡਾ ਕੰਮ ਲਾ ਦਿੱਤਾ। ਦੇਵੀਗੜ੍ਹ, ਦੇਵੀਗੜ੍ਹ ਪਿੰਡ ਸੀ ਬਹੁਤ ਵੱਡਾ? ਨਹੀਂ ਨਹੀਂ, ਉਹ ਤਾਂ ਛੋਟਾ ਸੀ, ਉਹਨਾਂ ਦੀ ਰਹਿਸ਼ਗਾ ਸੀ, ਬੰਗਲਾ ਸਮਝ ਲਏ। ਉੱਥੇ ਸਾਡਾ ਕੈਂਪ ਲਾ ਦਿਆ, ਸਾਨੂੰ ਕੀ ਦਿਆ ਖਾਣ ਨੂੰ? ਛੋਲਿਆਂ ਦੀ ਲੱਪ ਲੱਪ ਭਿੱਜੇ, ਭਿੱਜੇ ਛੋਲੇ ਦਿੱਤੇ। ਹਾਂ ਉਹ ਦੀਏ ਰਾਤ ਨੂੰ, ਆ ਖਾਓ ਕੱਚੇ ਚੱਬੇ ਮਰਦਿਆਂ। ਫਿਰ ਅਗਲੀ ਰਾਤ ਜਿਸ ਵੇਲੇ ਆਈ ਨਾ, ਇੱਕ ਹੜਾਣਾ ਪਿੰਡ ਸੀ ਕੋਲ, ਉਹ ਦਰਿਆ ਤੋਂ ਪਾਰ, ਉਹਨਾਂ ਨੂੰ ਲਿਆਏ, ਇਕੱਠਿਆਂ ਕਰ ਲਈਆਂ, ਵਹਾ ਦਈਏ ਇੱਕ ਨੂੰ ਠਾਣ, ਮਾਰਨ ਤਲਵਾਰ ਦਰਿਆ ਦੇ ਵਿੱਚ। ਕੌਣ? ਘੱਗਰ 'ਚ। ਕੌਣ ਮਾਰਦਾ ਸੀ? ਇਹੋ ਹੀ ਮਿਲਟਰੀ ਵਾਲੇ। ਅੱਛਾ, ਮਾਰੀ ਜਾਂਦੇ ਸੀ ਵਿੱਚ? ਹਾਂ, ਪਾਣੀ ਹਾਂ ਮੁਸਲਮਾਨਾਂ ਨੂੰ, ਜੱਟਾਂ ਦਾ ਪਿੰਡ ਸੀ ਹੜਾਣਾ, ਉਹਨੂੰ ਬਸ ਰੋੜ ਦੇਣ। ਤੁਸੀਂ ਦੇਖਿਆ ਉਹ ਮੰਦਰ? ਹਾਂ ਮੈਂ ਦੇਖਿਆ। ਅੱਛਾ, ਫਿਰ ਉਹਨਾਂ ਨੇ ਕੀ ਕੀਤਾ? ਹੋਰ ਉਹਨਾਂ ਨੇ ਕੀ ਕੀਤਾ ਵੀ ਸਾਡੇ 'ਤੇ ਹਵਾਈ ਫੈਲ ਕਰ ਦਈਏ ਤੁਹਾਡੇ ਉੱਤੇ, ਹਾਂ ਵੀ ਇਹਨਾਂ ਨੂੰ ਪਤਾ ਨਾ ਲੱਗੇ, ਕਰਲੂ ਕਾਟ ਨਾ ਪੜੇ, ਰੋਣ ਨਾ, ਵੀ ਇਹ ਕੰਮ ਕਰ ਰਹੇ ਹਾਂ ਅਸੀਂ। ਲਓ ਜੀ, ਉਸ ਤੋਂ ਬਾਅਦ ਹੋ ਗਈ ਸਵੇਰ। ਉੱਥੇ 3 ਮਹੀਨੇ ਅਸੀਂ ਗੁਜ਼ਾਰੇ ਉਹ ਪਿੰਡ ਦੇ ਵਿੱਚ, ਉਸ ਦਰਿਆ ਦੇ ਕੰਢੇ ਦੇ। ਕਿਹੜਾ ਦਰਿਆ ਸੀ ਉਹ? ਘੱਗਰ। ਘੱਗਰ, ਘੱਗਰ। ਕਿੰਨੀ ਕੁ ਆਵਾਮ ਸੀ ਤੁਹਾਡੇ ਨਾਲ? ਤੁਹਾਡਾ ਇਕੱਲਾ ਪਿੰਡ ਸੀ ਕਿ ਹੋਰ ਵੀ ਲੋਕ ਆਏ ਸਨ? ਸਾਡਾ ਇਕੱਲਾ ਹੀ ਪਿੰਡ, ਹੋਰ ਕੋਈ ਲੋਕ ਨਹੀਂ। ਤੁਹਾਡੇ ਪਿੰਡ ਨੇ 3 ਮਹੀਨੇ ਉੱਥੇ ਗੁਜ਼ਾਰੇ? ਹਾਂ, ਉਸ ਤੋਂ ਫਿਰ ਸਾਨੂੰ ਉਠਾ ਲਿਆ, ਉਠਾ ਕੇ ਭੁਰ ਰੇੜੀ ਸੀ ਪਿੰਡ, ਭੁਰ ਰੇੜੀ, ਭੁਰ ਰੇੜੀ, ਉੱਥੇ ਮਹਾਰਾਜ ਦੀ ਕੋਠੀ ਸੀ, ਸੜਕ ਪੱਕੀ ਵਿੱਚ ਆਉਂਦੀ ਸੀ, ਉਸ ਕੋਠੀ 'ਚ ਸਾਨੂੰ ਵੜ ਗਈ ਸਾਰੇ ਪਿੰਡ ਨੂੰ, ਸਾਰੇ ਪਿੰਡ। ਬਹੁਤ ਵੱਡੀ ਕੋਠੀ ਸੀ, ਬੜੀ ਕੋਠੀ, ਚੁਕਲਦਾ ਇਤਨਾ ਕਿ ਦੁਆਰ ਬੰਦਾ ਨਹੀਂ ਸੀ ਟੱਪ ਸਕਦਾ। ਅਸੀਂ ਉੱਥੇ ਗੁਜ਼ਾਰੇ 3 ਮਹੀਨੇ, ਜਿਸੇ ਕੋਲ ਹੈ ਕੋਈ ਪੈਸਾ, ਆਟੇ ਬੇਸਣ ਲੈ ਕੇ ਅਤੇ ਰੋਟੀਆਂ ਪਕਾ ਰਹੇ ਹਾਂ, ਬਾਰਸ ਪੈ ਰਹੀ ਆ, ਪਕਾ ਰਹੇ ਹਾਂ, ਖਾ ਰਹੇ ਹਾਂ, ਆਟਾ ਲੱਭ ਗਿਆ ਤਾਂ, ਬੇਸਣ ਲੱਭ ਗਿਆ ਤਾਂ, ਗੁਜ਼ਾਰਾ ਕਰਦੇ ਰਹੇ। ਅਤੇ ਉਹਨਾਂ ਨੇ ਮਿਲਟਰੀ ਵਾਲਿਆਂ ਤੁਹਾਨੂੰ ਕੁਛ ਨਹੀਂ ਦਿੱਤਾ? ਨਾ, ਉਹਨਾਂ ਕੀ ਦੇਣਾ ਸੀ। ਤੁਸੀਂ ਕਿੱਥੋਂ ਖਾਂਦੇ ਰਹੇ? ਨਾ, ਫਿਰ ਸਾਡੀਆਂ ਲਾਈਨਾਂ ਲਾ ਦੀਆਂ, ਦਰਜੇ ਪਰ ਦਰਜੇ, ਬੱਚੇ ਲੈ ਦੇ, ਬੁੱਢੇ ਲੈ ਦੇ, ਜਵਾਨ ਲੈ ਦੇ, ਉਹ ਇਸ ਤਰ੍ਹਾਂ ਲਾ ਦੀਆਂ ਪਾਲਾਂ ਕਿ ਜਿਵੇਂ ਸਾਨੂੰ ਰੋਟੀ ਖਿਲਾਉਣੀ ਆ ਵਿਆਹ ਦੀ। ਇੱਕ ਇੱਕ ਫੌਜੀ ਰਹਿਸਲ ਲੈ ਕੇ ਫਿਰਿਆ, ਬਾਹਰ ਮਾਰ ਧਾੜ ਖੜੀ ਆ ਵੀ ਜੇ ਨੱਠੇ ਭੱਜੇ ਕੋਈ ਚੜ੍ਹੇ ਔਖਾ ਹੋ ਕੇ ਤਾਂ ਅੱਗੋਂ ਧਾੜ ਸਾਂਭ ਲਏਗੀ ਮਾਰਨ ਦਾ ਰਲਦਾ। ਆਰਡਰ ਸੀ ਉਹਨਾਂ ਨੂੰ ਕਿ ਮਾਰ ਦਿਓ ਜਿਹੜੇ, ਅਤੇ ਫਿਰ ਵਾਇਰਲੈਸ ਗਈ ਇੱਥੋਂ ਕਿ ਮੇਰੇ ਮੁਸਲਮਾਨਾਂ ਦਾ ਇੱਕ ਵਾਲ ਨਾ ਵਿਗਾ ਹੋ ਜੇ, ਇੱਕ ਦੇ 10-10 ਮੈਂ ਨਿਬੇੜ ਚੜ੍ਹਨੇ ਆ ਫਿਰ। ਇੱਥੋਂ ਵਾਇਰਲੈਸ ਗਈ ਅਤੇ ਫਿਰ ਉਹਨਾਂ ਨੇ ਉਠਾ ਦਿਆ, ਜਾਓ ਆਪਣੇ ਉੱਥੇ ਰਹੇ ਉੱਥੇ। ਅਤੇ ਫਿਰ ਸਾਨੂੰ ਫਿਰ ਪੁਲ 'ਤੇ ਲਿਆਂਦਾ ਉੱਥੇ ਘੱਗਰ 'ਤੇ, ਵਾਪਸ ਲੈ ਆਏ। ਵਾਪਸ ਲਿਆ ਕੇ ਫਿਰ ਸਾਨੂੰ ਇਜਾਜ਼ਤ ਹੋ ਗਈ ਕਿ ਸ਼ਾਮ ਨੂੰ ਇੱਥੇ ਇਕੱਠਿਆਂ ਹੋ ਜਾਣਾ ਤੁਸੀਂ, ਆਪਣਾ ਪਿੰਡਾਂ 'ਚੋਂ ਖਾਣਾ ਦਾਣਾ ਕੱਪੜਾ, ਕੋਈ ਸਿਆਲ ਵੀ ਆਉਣਾ ਸੀ, ਕੋਈ ਬਿਸਤਰ ਬੁਸਤਰ ਕੋਈ ਤੁਸੀਂ ਦਿੰਦਾ ਉਹ ਲਿਆਓ, ਆਪਣਾ ਗੁਜ਼ਾਰਾ ਕਰੋ। ਉਦੋਂ ਗਰਮੀਆਂ ਸੀ ਅਤੇ ਤੁਸੀਂ ਸਿਆਲ ਦਾ ਇੰਤਜ਼ਾਮ ਕਰ ਰਹੇ? ਅਸੀਂ ਸਾਉਣ ਭਾਦਰੋਂ ਸੀ ਜਦੋਂ ਉੱਠੇ ਹਾਂ,
ਸਰਦੀਆਂ ਆ ਗਈ ਸੀ, ਉਸੋਂ ਚੜ੍ਹ ਗਿਆ ਸੀ। ਤਿੰਨ ਮਹੀਨੇ ਤੁਸੀਂ ਉੱਥੇ ਰਹੇ, ਫਿਰ ਇੱਕ ਮਹੀਨਾ ਉੱਥੇ ਰਹੇ ਅਤੇ ਜਨਾਬ ਫਿਰ ਅਸੀਂ ਸ਼ਹਿਰਾਂ ਲਿਆਉਂਦੇ ਰਹੇ, ਗੁਜ਼ਾਰਾ ਕਰਦੇ ਰਹੇ। ਕਿਰੇ ਚਾਰ ਦੇ ਡੋਲੇ ਚੱਕ ਲਿਆਉਣੇ ਮੁਸਲਮਾਨਾਂ ਦੇ ਘਰਾਂ 'ਚੋਂ, ਕੋਈ ਜਾਣੂ ਹਿੰਦੂ ਹੋਇਆ ਉਹਨੂੰ ਆਖਿਆ ਵੀ ਫਲਾਣੀ ਸ਼ਹਿਰ ਦੇ ਭਾਈ, ਫਲਾਣੀ ਦੇ, ਉਹ ਦਿੰਦੇ ਸਨ। ਇੱਕ ਧਾਂਦੀਆਂ ਪਿੰਡ ਸੀ, ਉੱਥੇ ਵੀ ਮਾਰਕੁੱਟ ਹੋਈ ਆ, ਉੱਥੇ ਚੰਗੀ ਗੋਲੀ ਚੱਲੀ ਆ। ਕੁਰਾਨ ਸਿੱਖਾਂ ਦਾ ਪਿੰਡ ਸੀ ਕਿ ਮੁਸਲਮਾਨਾਂ ਦਾ? ਕੁਰਾਨ ਪਾਕ ਪਾੜ ਕੇ ਮਸਜਿਦ 'ਚੋਂ ਕੱਢ ਕੇ ਖੂਹੀ 'ਚ ਸੱਟੇ ਵੇ, ਉਸ ਉੱਤੇ ਪਏ ਆ। ਬੇਹੁਰਮਤੀ ਕਰੀ ਉਹਨਾਂ ਨੇ, ਚਵਾਰਾ ਸੀ ਇੱਕ ਪਲਸਤਰ ਹੋਇਆ ਵਾ, ਚਟਾਕ ਪਏ ਵੇ ਪਲਸਤਰ ਨੂੰ, ਗੋਲੀ ਚੱਲ ਚੱਲ ਕੇ। ਤੁਸੀਂ ਲੰਘ ਕੇ ਵੇਖਿਆ? ਲੰਘਦੇ ਹਾਂ ਅਸੀਂ ਜੋ ਆਪਣਾ ਉਂਝੀ ਮੁੰਡੇ ਨਿਕਲ ਜੇ ਕਰੇ ਤੇ ਸੈਲ ਕਰਦੇ। ਅੱਛਾ ਅੱਛਾ। ਹਾਂ ਵੀ ਚਲੋ ਕੋਈ ਸ਼ੈ ਲੱਭੇਗੀ, ਅਸੀਂ ਇਸ ਤਰ੍ਹਾਂ ਨਿਕਲਦੇ ਸੀ। ਤੁਹਾਡੇ ਕੋਈ ਯਾਰ ਬੇਲੀ ਹੈ ਸਨ ਸਿੱਖਾਂ ਦੇ ਆਲੇ ਦੁਆਲੇ ਪਿੰਡਾਂ ਦੇ? ਯਾਰ ਬੇਲੀ ਪਿੰਡਾਂ ਦਾ ਨਹੀਂ, ਉਹ ਨਹੀਂ। ਤੇ ਮੇਲਾ ਲੱਗਦਾ ਸੀ ਜਿਹੜੇ ਬਾਬਾ ਜੀ ਦਾ ਨਾਮ ਲਿਆ ਤੁਸੀਂ? ਇਹ ਮੁਸਲਮਾਨਾਂ ਦਾ ਸੀ ਹਾਂਜੀ, ਮੇਲਾ ਲੱਗਦਾ ਸੀ ਉਹਨਾਂ ਦਾ? ਲੱਗਦਾ ਸੀ ਮੀਰਾ ਸਾਹਿਬ ਦਾ। ਕਦੋਂ ਮੇਲਾ ਲੱਗਦਾ ਹੁੰਦਾ ਕਿਹੜੇ? ਇਹ ਜਦੋਂ ਇਹ ਸਵਰਾਤ ਨਹੀਂ ਆਉਂਦੇ। ਹਾਂਜੀ। ਇਸ ਤੋਂ ਪਹਿਲਾਂ ਲੱਗਦਾ ਸੀ ਦੋ ਦਿਨ। ਸਰਦੀਆਂ ਚ ਵੀ ਆ ਜਾਂਦਾ ਸੀ, ਸਿਆਲੇ ਚ ਵੀ ਆ ਜਾਂਦਾ ਸੀ, ਸਾਉਣ ਵੀ ਆ ਜਾਂਦਾ ਸੀ। ਹਾਂ ਵਾਹ ਪੂਰਾ ਹੀ ਲੱਗਦਾ ਸੀ। ਕਬੱਡੀ ਸ਼ਬੱਡੀ ਹੁੰਦੀ ਸੀ ਤੁਹਾਡੇ ਪਿੰਡ? ਹਾਂ ਕਬੱਡੀ ਹੋ ਗਈ, ਕੁਸ਼ਤੀ ਹੁੰਦੀ ਸੀ। ਭਲਵਾਨ ਹੈਗਾ ਸੀ ਤੁਹਾਡੇ ਪਿੰਡ ਦਾ? ਹਾਂ। ਕੀ ਨਾਂ ਸੀ ਉਹਦਾ? ਭੋਲਾ। ਭੋਲਾ? ਹਾਂ। ਆਲੇ ਦੁਆਲੇ ਦੇ ਪਿੰਡਾਂ 'ਚ ਵੀ ਭੋਲਿਆ? ਹਾਂ ਬੜਾ ਘੁੜਿਆ। ਤੇ ਸਕੂਲ ਉਦੋਂ ਨਵਾਂ ਨਵਾਂ ਹੀ ਬਣਿਆ ਸੀ? ਆਹ ਤੁਹਾਨੂੰ ਮਾਸਟਰਾਂ ਦੇ ਨਾਂ ਪਤਾ ਨੇ ਜਿਹੜਾ ਪੜ੍ਹਾਉਂਦੇ? ਜਿਹੜੇ ਪੜ੍ਹਾਉਂਦੇ ਸੀ ਮੀਆਂ ਮੁਹੰਮਦ ਜਵਾਨ ਪੜ੍ਹਾਉਂਦਾ ਸੀ। ਅੱਛਾ ਮੁਸਲਮਾਨ ਹੀ ਸੀ? ਮੁਸਲਮਾਨ ਸੀ, ਉਹ ਤੇ ਅੱਲਾ ਵਾਲਾ ਲੋਕ ਸੀ। ਮੀਰਾ ਸਾਹਿਬ ਦੀ ਗੱਦੀ ਵੀ ਲਈ ਸੀ ਉਹਨਾਂ ਨੇ। ਸਹੀ ਸਹੀ ਸਹੀ। ਹਾਂ। ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸਕੂਲ ਸੀ ਉੱਥੇ ਸਿੱਖਾਂ ਦੇ ਬਾਲ ਵੀ ਆਉਂਦੇ ਸਨ ਪੜ੍ਹਨ? ਨਹੀਂ, ਕੋਈ ਨਹੀਂ ਸਿੱਖਾਂ ਦਾ ਬਾਲ, ਮੁਸਲਮਾਨ। ਇੱਕ ਸੋਰਗੀਰ ਸੀ, ਨੂਨਗਰ ਉਹਨਾਂ ਨੂੰ ਆਉਂਦੇ ਸੀ, ਛੋਰਾ ਕੱਢਦੇ ਸੀ ਜ਼ਮੀਨ ਦਾ, ਉਹਨਾਂ ਦਾ ਇੱਕ ਮੁੰਡਾ ਆਉਂਦਾ ਸੀ। ਨਾਂ ਪਤਾ ਉਹਦਾ? ਨਹੀਂ, ਕੋਈ ਨਾਂ ਆਉਂਦਾ। ਅੱਛਾ ਫਿਰ ਤੁਹਾਨੂੰ ਉਹਨਾਂ ਨੇ, ਤੁਸੀਂ ਆਪਣੇ ਮਿਸਤਰੀਆਂ ਦਾ ਹਿਸਾਬ ਕਿਤਾਬ ਲਾਇਆ? ਹਾਂ। ਫਿਰ ਕਿੱਥੇ ਆ ਕੇ ਬੈਠੇ? ਅਸੀਂ ਬੈਠੇ ਤੋਂ ਇੱਥੇ ਨਹੀਂ ਨਹੀਂ ਉੱਧਰੋਂ ਜਦੋਂ ਫਿਰ ਬਾਰਡਰ ਕਿਵੇਂ ਕ੍ਰਾਸ ਕੀਤਾ? ਬਾਰਡਰ ਇਸ ਜਦੋਂ ਉਸ ਪਿੰਡੋਂ ਨਿਕਲੇ ਤੁਸੀਂ ਘੱਗਾ ਉੱਥੋਂ ਜਦੋਂ? ਅੱਛਾ ਜੀ, ਫਿਰ ਤੁਸੀਂ ਕਿੱਦਾਂ ਆਏ ਉੱਥੋਂ? ਉੱਥੋਂ ਸਾਨੂੰ ਉਠਾ ਲਿਆ ਸਾਰੇ ਪਿੰਡ ਨੂੰ ਉਠਾ ਕੇ, ਬਹਿਰੂ ਵੀ ਸਾਡੇ ਠਾਣਾ ਦਾ, ਉੱਥੋਂ ਨੂੰ ਵੀ ਲੰਘੇ, ਪਲਾਖਾ ਪਿੰਡ ਸੀ ਉੱਥੇ ਨੂੰ ਵੀ ਲੰਘੇ। ਖਜੂਰ ਸੀ ਬੜੀ ਲੰਬੀ, ਉਹਦੇ 'ਤੇ ਬੰਦਾ ਨਹੀਂ ਸੀ ਚੜ੍ਹਦਾ। ਕਿਹੜੇ ਪਿੰਡ? ਪਲਾਖਾ ਪਿੰਡ। ਅਤੇ ਫਿਰ ਅਜਰੌਰ ਪਿੰਡ ਉੱਥੇ ਵੀ ਨੂੰ ਲਖੇ, ਰਾਜ ਪਰੇ ਆ ਕੇ ਫਿਰ ਇਹਨਾਂ ਨੇ ਵੱਡੇ ਕੰਪ 'ਚ ਰਲਾਇਆ। ਵੱਡੇ ਕੈਂਪ ਦੇ ਵਿੱਚ? ਹਾਂ ਵੱਡੇ ਕੈਂਪ 'ਚ। ਕਿੰਨੇ ਮਹੀਨੇ ਤੁਹਾਡੇ ਪਿੰਡ ਇਕੱਲੇ ਨੂੰ ਅਲਹਿਦਾ ਰੱਖਿਆ? ਅਲਹਿਦਾ ਹੀ ਰੱਖਿਆ। ਬੜੇ ਕੈਂਪ 'ਚ ਰਲ ਗਏ ਨਾ, ਕੈਂਪ ਦੱਸਦੇ ਆ, ਬੜੇ ਕੈਂਪ 'ਚ ਅਸੀਂ ਰਲ ਗਏ, ਕੈਂਪ ਚੱਲ ਰਿਹਾ, ਅਸੀਂ ਵੀ ਰਲ ਗਏ ਨਾਲ ਹੀ ਸ਼ਾਮਿਲ ਹੋ ਗਏ। ਉਹ ਸਿੱਧੂ ਦਾ ਸਟੇਸ਼ਨ ਸੀ, ਉੱਥੇ ਬੜੇ ਮੁਸਲਮਾਨ ਮਾਰੇ, ਜੰਗਲ ਸੀ ਉਹਦੇ ਵਿੱਚ ਸਾਡਾ ਕੈਂਪ ਲੱਗ ਗਿਆ। ਉੱਥੇ ਰਾਤ ਕੱਟੀਏ, ਦਿਨ ਚੜ੍ਹ ਗਿਆ, ਦਿਨ ਚੜ੍ਹਦੇ 'ਚ ਫਿਰ ਚਾਲੀ ਕਰਦੀ, 3 ਮੀਲ ਸਫ਼ਰ ਕਰਦੇ, 3 ਮੀਲ ਕਰਦੇ, 3 ਮੀਲ ਉੱਧਰੋਂ ਰਾਤ ਪੈ ਜਾਂਦੀ ਸੀ, ਉੱਧਰੋਂ ਕੈਂਪ ਲੱਗਣਾ ਸ਼ੁਰੂ ਹੋ ਜਾਂਦਾ ਸਵੇਰ ਦੇ ਚੱਲੇ। ਦਿਨ ਨੂੰ ਤੁਰਦੇ ਸੀ, ਹਾਂ, ਰਾਤ ਨੂੰ ਜਿੱਥੇ ਹੁੰਦੀ ਸੀ ਉੱਥੇ ਕੈਂਪ ਲਾ ਲੈਂਦੇ ਸੀ। ਹਾਂ, ਫਿਰ ਕਿਸ ਤਰੀਕੇ 'ਤੇ ਲਿਆਏ ਆ ਸਾਨੂੰ, ਗੱਡੀ ਦੇ ਰਾਹ ਨਹੀਂ ਲਿਆਂਦਾ, ਪੈਦਲ, ਜਿਨ੍ਹਾਂ ਕੋਲ ਆਰਾਮ ਨਾਲ ਉੱਠੇ ਹਾਂ, ਗੱਡੇ ਵੀ ਬੈਲ ਬੈਲ, ਇਹ ਆਪਣੀਆਂ ਸਮਾਨ ਸਾਰੇ ਅੰਗਰੇਜ਼ੀ ਵਾਲੇ, ਉਹ ਸਾਰਾ ਸਮਾਨ ਲੈ ਕੇ ਆਏ ਅਮਨ ਨਾਲ ਉੱਠੇ। ਤੁਸੀਂ ਜਿਹੜਾ ਤੁਹਾਡਾ ਪਿੰਡ ਸੀ ਉਹ ਆਪਣੇ ਗੱਡੇ ਛੱਡੇ ਲੈ ਕੇ ਆਇਆ ਕਿ ਨਹੀਂ? ਤੋਬਾ, ਅਸੀਂ ਤਾਂ ਆਪਣੀ ਜਾਨਾਂ ਜਾਨਾਂ ਲੈ ਕੇ ਆਏ ਹਾਂ, ਤੁਹਾਨੂੰ ਕੋਈ ਚੀਜ਼ ਨਹੀਂ ਚੁੱਕਣ? ਕੋਈ ਚੀਜ਼ ਆਰਡਰ ਹੀ ਨਹੀਂ ਦੀਆ ਵੀ ਚੁੱਕ ਲਈਏ, ਨਾ ਨਾ ਨਾ। ਅਤੇ ਫਿਰ ਆਪਣਾ ਇੱਕ ਪਾਸੇ ਟੈਂਕ, ਇੱਕ ਪਾਸੇ ਫੌਜ,
ਇਸ ਇੰਤਜ਼ਾਮ ਨਾਲ ਸਾਨੂੰ ਲਿਆਂਦਾ। ਪਾਣੀ ਦੀ ਬੜੀ ਕਿੱਲਤ ਪੈ ਗਈ, ਖੂਹਾਂ 'ਚ ਲਾਸਾਂ ਪਈਆਂ ਅਤੇ ਪਾਣੀ ਖੂਹ ਨੂੰ ਟੁੱਟ ਕੇ ਪੈਣਾ, ਛੱਪੜ ਮਿਲ ਗਿਆ ਛੱਪੜ ਨੂੰ ਪੈਣਾ, ਇੰਨੀ ਪਿਆਸ ਸੀ ਇੰਨੀ ਪਿਆਸ, ਅਤੇ ਖੂਹ ਨੂੰ ਜਿਹੜੇ ਨੂੰ ਪੈ ਜਾਏ ਅਤੇ ਉਹਦੀ ਚੀਕ ਕੱਢ ਛੱਡਦੇ ਸੀ ਪਾਣੀ ਮੁਕਾ ਦੇਂਦੇ, ਅਤੇ ਗੋਰਖਿਆਂ ਕੀ ਕਰਨਾ ਇਹ ਪਾਣੀ ਨਾ ਪੀਓ ਇਹਦੇ 'ਚ ਲਾਸਾਂ ਪਈਆਂ, ਉਹਨਾਂ ਵੱਟ ਮਾਰਨੇ ਬੰਦਿਆਂ ਨੂੰ ਪਜਾਣਾ, ਵੱਟ ਮਾਰਨੇ ਹਾਂ ਡੰਡੇ ਮਾਰਨੇ, ਅਤੇ ਫਿਰ ਵੀ ਪੈ ਜਾਂਦੇ ਸੀ ਲੋਕ ਪੀ ਲੈਂਦੇ ਸੀ ਪੀਂਦੇ ਸੀ ਮਰਦੇ ਮਰਦੇ ਪੀਂਦੇ ਸੀ ਕੀ ਕਰਨਾ। ਪਾਣੀ ਦੇ ਵਿੱਚ ਉਸ ਟਾਈਮ ਜ਼ਹਿਰਾਂ ਪਾ ਦਿੱਤੀਆਂ ਗਈਆਂ, ਹਾਂ ਜ਼ਹਿਰਾਂ ਵੀ ਪਾਈ ਗਈਆਂ, ਆਟਿਆਂ 'ਚ ਕੱਚ ਵੀ ਰਲਾਇਆ ਗਿਆ, ਛੋਲਿਆਂ 'ਚ ਭੁੱਜੇ ਦਾਣੇ ਸਿੱਖ ਵੇਚਦੇ ਸੀ ਮਿਲਾਵਟ ਕਰਕੇ ਚੀਜ਼ਾਂ ਭੈੜੀਆਂ ਪਾ ਕੇ। ਮੌਤ ਨੂੰ ਵੇਖਿਆ ਤੁਸੀਂ ਲੋਕਾਂ ਨੇ ਬੜਾ ਮੰਜ਼ਰ ਦੇਖਿਆ, ਉਹ ਜਿਹੜਾ ਵਕਤ ਹੈ ਨਾ ਉਹ ਜਦੋਂ ਯਾਦ ਕਰਦੇ ਹਾਂ ਨਾ ਅਸੀਂ ਸੋਚ ਹੁੰਦੀ ਹੈ ਨਾ ਤੁਹਾਨੂੰ ਆਉਂਦਾ ਯਾਦ ਹੋਏ ਹੋਏ, ਉਹ ਮੰਜ਼ਰ ਦੇਖ ਕੇ ਜਾਨ ਨਹੀਂ ਰਹਿੰਦੀ ਵਜੂਦ ਦੇ, ਮਾਵਾਂ ਦੇ ਪੁੱਤਰ ਨਹੀਂ ਸਾਂਭੇ ਆਪਣੀ ਆਪਣੀ ਜਾਨਾਂ ਦੀ ਪੈ ਗਈ ਸੀ ਅਜਾੜੇ ਜਦੋਂ ਕਹਿੰਦੇ ਕਹਿੰਦੇ ਜਵਾਨ ਕੁੜੀਆਂ ਨੇ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ, ਹਾਂਜੀ ਬਿਲਕੁਲ ਆਪਣੀ ਇੱਜ਼ਤਾਂ ਬਚਾਉਣ ਵਾਸਤੇ। ਫਿਰ ਤੁਸੀਂ ਤੁਹਾਡਾ ਕੈਂਪ ਫਿਰ ਤੁਰਦੇ ਆਏ, ਤੁਸੀਂ ਤੁਰਦੇ ਆਏ ਫਿਰ ਕਿੰਨੇ ਦਿਨਾਂ ਬਾਅਦ ਇੱਥੇ ਪਹੁੰਚੇ ਹੋ, ਲਾਹੌਰ ਆਏ ਹੋ ਕਿ ਇੱਧਰ ਆਏ ਕਸੂਰ? ਇਹ ਅਸੀਂ ਕਸੂਰ ਆਏ, ਜੇ ਕਸੂਰ ਬੈਠੇ ਕੁਛ ਹਿੱਸਾ ਇੰਡੀਆ 'ਚ ਕੁਛ ਹਿੱਸਾ ਪਾਕਿਸਤਾਨ 'ਚ, ਅੱਧਾ ਕਾਫਲਾ ਕਸੂਰ ਆ ਗਿਆ ਅੱਧਾ ਰੁਕ ਗਿਆ, ਸਹੀ ਸਹੀ ਉਹ ਅਗਲੇ ਸਵੇਰ ਫਿਰ ਕਾਫਲਾ ਆਇਆ। ਤੁਹਾਡੇ ਸਾਰੇ ਜੀ ਖੈਰ ਖਰੀਦ ਨਾਲ ਪਹੁੰਚ ਗਏ? ਹਾਂ ਖੈਰ ਖਰੀਦ ਅੱਲਾ ਕਾ ਬੜਾ ਕਰ। ਅਤੇ ਤੁਹਾਡੇ ਪਿੰਡ ਦਾ ਕੋਈ ਬੰਦਾ ਮਰਿਆ ਤਾਂ ਨਹੀਂ? ਨਾ ਮਰੇ ਆ ਜਿਹੜੇ ਨੱਠ ਭੱਜ ਗਏ ਆ, ਹਾਂ ਉਹ ਮਰੇ ਆ। ਅੱਛਾ ਫਿਰ ਤੁਸੀਂ ਇੱਥੇ ਬੈਠੇ ਆ ਕਸੂਰ? ਹਾਂ ਕਸੂਰੋਂ ਫਿਰ ਕਿੱਥੇ ਆ ਕੇ ਬੈਠੇ ਆ ਫਿਰ? ਰਹੇ ਤਾਂ ਅਸੀਂ ਕਈ ਜਗ੍ਹਾ ਕੈਂਪਾਂ 'ਚ ਵੀ ਰਹੇ ਹਾਂ, ਅਤੇ ਬਾਕੀ ਹੁਣ ਸਾਰੀਆਂ ਕਹਾਣੀਆਂ ਕੀ ਦੱਸੀਏ। ਅਸੀਂ ਇੱਧਰ ਨਨਕਾਣੇ ਵੱਲ ਜੜ੍ਹਾਂ ਵਾਲਾ ਉੱਥੇ ਵੀ ਰਹੇ ਹਾਂ, ਪਠਾਣ ਦਾ ਚੱਕ ਉੱਥੇ 6 ਮਹੀਨੇ ਗੁਜ਼ਾਰੇ, ਫਿਰ ਗੁਜਾਣੇ ਆਏ ਹਾਂ 2.5 ਸਾਲ ਉੱਥੇ ਗੁਜ਼ਾਰੇ, ਪਿੰਡੀ ਦਾਸ ਵੀ ਗਏ ਹਾਂ, ਰੰਗੀਆਂ ਚੰਗੀਆਂ ਵੀ ਰਹੇ, ਇਸ ਤਰ੍ਹਾਂ ਆਪਣਾ ਫਿਰਦੇ ਰਹੇ 2.5 ਸਾਲ ਜਿਸ ਵੇਲੇ ਗੁਜ਼ਾਰੇ ਸਾਡੇ ਪਿੰਡ ਦਿਆਂ, ਪਿੰਡ ਵੱਡਾ ਸੀ ਕਿੱਕਰ ਵਾਲਾ ਡੇਰਾ ਸੀ, ਅਤੇ ਫੰਮਿਆਂ ਦੇ 3 ਡੇਰੇ ਸਨ, ਬੇਰ ਵਾਲਾ ਚੂਹੇ ਵਾਲਾ ਕਿੱਕਰ ਵਾਲਾ, ਵੱਡਾ ਪਿੰਡ ਫੰਮੇ ਹੀ ਸੀ, ਫੰਮਾ ਸਰਾ, ਹਾਂ ਫੰਮੇ ਸਰਾ, ਅਤੇ ਦੂਸਰਾ ਫਿਰ ਆਪਣਾ ਇਹਨਾਂ ਸਾਡੇ ਪਿੰਡ ਦਿਆਂ ਨੇ ਜ਼ਮੀਨਾਂ ਇੱਥੇ ਲਾਟ ਕਰਾ ਲਈਆਂ, ਇਹਨਾਂ ਨੂੰ ਪੈ ਗਈਆਂ, ਇਹ ਸਾਨੂੰ ਉੱਥੋਂ ਗਜਾਣੇ ਚੁੱਕ ਲਿਆਉਂਦਾ, ਅਸੀਂ ਫਿਰ ਉੱਥੇ ਕਿੱਕਰ ਵਾਲੇ ਰਹੇ, ਕਿੱਕਰ ਵਾਲਾ ਪਿੰਡ, ਹਾਂ ਉਧਰ ਦੇ ਉਧਰ ਦੇ ਖੂਹਾਂ ਦਾ ਨਾਂ ਬਾਹਰ ਕੇ ਪੈਲੀਆਂ ਵਾਂ ਖੂਹ ਨਹੀਂ ਹੁੰਦੇ? ਆਹੋ ਉਹਨਾਂ ਦਾ ਕੋਈ ਨਾਂ, ਫਲਾਣੇ ਦਾ ਖੂਹ ਬਈ, ਫਲਾਣੇ ਦਾ ਖੂਹ, ਹਾਂ ਇਹ ਜੱਟਾਂ ਵਾਲਾ ਖੂਹ, ਧੀਰੇ ਵਾਲਾ ਖੂਹ, ਖਦਈਏ ਵਾਲੇ ਦੇ ਤੇ ਅਸੀਂ ਅੱਗੇ ਹੀ ਬੈਠੇ ਤੇ ਉੱਥੇ, ਅਤੇ ਇਸ ਤਰ੍ਹਾਂ ਕਿਤਨੀ ਖੂਹ ਸੀ ਤੁਹਾਡੇ ਪਿੰਡ ਦੇ ਵਿੱਚ? ਪਾਣੀ ਭਰਨ ਵਾਲੇ ਖੂਹ ਕਿੰਨੇ ਸਨ? ਪਾਣੀ ਭਰਨ ਵਾਲੇ ਜਿਹੜੇ ਪੀਂਦੇ ਸੀ ਤੁਸੀਂ? ਉਹ ਸਾਡੇ ਤਾਂ ਕੋਟਲੇ ਤੋਂ ਇੱਕੋ ਹੀ ਖੂਹ, 2 ਖੂਹ ਸੀ, ਇੱਕ ਖੂਹੀ ਸੀ, ਦਰਵਾਜ਼ਾ ਬਣਿਆ ਸੀ ਉਹਨੂੰ ਤਾਕ ਚੜ੍ਹੇ ਸਨ ਅਤੇ ਉਹਦੇ ਤੋਂ ਭਰੇ ਤੇ, ਇੱਕ ਵਿੱਚ ਸੀ ਉਹਦੇ ਤੋਂ ਭਰੇ ਤੇ ਪਾਣੀ ਖੂਹ, ਭਰਦੇ ਸੀ, ਹਾਂ। ਹੋਰ ਕੋਈ ਗੱਲਬਾਤ ਤੁਹਾਨੂੰ ਯਾਦ ਹੋਵੇ ਜਿਹੜੀ ਪੁਜਾਣਿਆਂ ਵੇਲੇ ਤੁਸੀਂ ਜਦੋਂ ਰਸਤੇ ਦੇ ਵਿੱਚ ਕੋਈ ਚੀਜ਼ ਵੇਖੀ ਹੈ, ਕੀ ਵੇਖਿਆ ਉਹ ਵੀ ਦੱਸੋ ਥੋੜ੍ਹਾ ਜਿਹਾ? ਚੀਜ਼ ਕੀ ਦੇਖਣੀ ਆ? ਬਸ ਅਟਾਲੀਆਂ ਸਨ, ਇਹਨਾਂ ਨੂੰ ਮੁਲਕ ਪੈ ਜਾਂਦਾ ਸੀ, ਛਿੱਲ ਛਿੱਲ ਕੇ ਕੁਆਲੇ ਅਟਾਲੀਆਂ ਨੇ ਉਹ ਮਾਰੇ ਦੇ, ਆਪਣਾ ਬਾਲਣ ਗਿੱਲਾ ਬਣ ਰਿਹਾ ਅਤੇ ਪਕਾ ਰਹੇ ਹਾਂ ਖਾ ਰਹੇ ਹਾਂ। ਹਰੀਆਂ ਟਾਹਲੀਆਂ ਨੂੰ? ਹਾਂਜੀ। ਉਹ ਕੀ ਕਰਦੇ ਸੀ? ਆਪਣਾ ਬਾਲਣ ਨੂੰ, ਬਾਲਣ ਬਣਾਉਣਾ, ਪਕਾਉਣਾ ਅਤੇ ਖਾਣਾ, ਅਤੇ ਦੂਸਰਾ ਮੂੰਗਫਲੀ ਆ ਗਈ ਆ ਉਹਨੂੰ ਪੱਟ ਲੈਣਾ ਕੱਚੀ ਨੂੰ ਰਸਤੇ 'ਚ, ਕਹਿੰਦੇ ਕਮਾਦ ਦੀ ਪਹਿਲੀ ਆਈ ਲੋਕ, ਹਾਂ ਕਮਾਦ ਆ ਗਿਆ ਤਾਂ ਵੀ ਜਿੱਥੇ ਨੂੰ ਲੱਗਦੇ ਸੀ ਅਜਾੜ ਪਾਇਆ ਜਾਣਦੇ ਸੀ, ਫਿਰ ਇੰਨਾ ਸੀ ਉਸ ਟਾਈਮ ਕਾਲ ਪਿਆ ਸੀ ਅਤੇ ਬੰਦਾ ਰੁੜਿਆ, ਇੱਕ ਦੂਸਰੇ ਨੂੰ ਲੱਭ ਨਹੀਂ ਸੀ ਸਕਦਾ, ਨਿਸ਼ਾਨੀਆਂ ਕਿਸੇ ਨੇ ਛੱਜ ਦੀ ਲਾ ਦੀ, ਕਿਸੇ ਨੇ ਕਿਸੇ ਦੀ ਲਾ ਦੀ, ਛੈ ਦੀ ਕੋਈ ਕਿਸੇ ਨੇ ਲਾ ਦੀ,
ਕੋਈ ਲਾਲ ਟਾਕੀ ਬੰਨਦੀ, ਕੋਈ ਕਾਲੀ ਬੰਨਦੀ, ਇਸ ਤਰ੍ਹਾਂ ਨਿਸ਼ਾਨੀਆਂ ਲਾਵੇਂ ਤੇ ਤਾਂ ਲੱਭਿਆ ਜਾਏਗਾ ਕਿ ਛੱਜ ਲਮਕਾ ਦੀਆ। ਹੁਣ ਪਿੰਡ ਕਿੰਨਾ ਯਾਦ ਆਉਂਦਾ ਪਿਛਲਾ? ਪਿੰਡ ਤਾਂ ਫਿਰ ਵਤਨ ਤਾਂ ਯਾਦ ਆਉਂਦਾ ਹੀ ਆਉਂਦਾ। ਤੁਸੀਂ ਤਾਂ 15 ਸਾਲ ਗੁਜ਼ਾਰੇ ਉੱਥੇ, ਵਤਨ ਤਾਂ ਯਾਦ ਆਵਾ ਬੜਾ। ਗਲੀਆਂ ਯਾਦ ਆਉਂਦੀਆਂ ਜਿੱਥੇ ਖੇਡਦੇ ਰਹੇ? ਆਹੋ, ਬੜਾ ਪਾਣੀ 'ਚ ਖੇਡਦੇ ਰਹੇ ਹਾਂ। ਛੱਪੜ ਹੈ ਸੀ ਤੁਹਾਡੇ ਪਿੰਡ? ਛੱਪੜ 'ਚ ਫਿਰ ਨਹੀਂ ਸੀ, ਥੋੜ੍ਹਾ ਸੀ, ਸਵਾਲਾ ਸੀ ਹਿੰਦੂਆਂ ਦਾ, ਉਹਦੇ ਤੋਂ ਹੀ ਸੀ। ਉਹਦੇ 'ਚ ਕੀ ਹੋਵੇ ਦਾ ਕੌਲ ਡੋਡੇ ਨਹੀਂ ਹੁੰਦੇ? ਹਾਂਜੀ, ਕੌਲ ਡੋਡਾ ਸੁਣਿਆ? ਨਹੀਂ ਜੀ। ਉਹਦੇ ਪੱਤਰ ਇੰਨੇ ਇੰਨੇ ਚੌੜੇ ਸਨ। ਅੱਛਾ, ਉਹ ਛੱਪੜਾਂ ਦੇ ਵਿੱਚ ਹੁੰਦਾ? ਹਾਂ, ਫੁੱਲਦਾਰ, ਹਾਂ, ਬੂਟੀ ਜੀ, ਹਾਂ, ਉਹ ਜਿਵੇਂ ਕੇਲੇ ਦਾ ਫੁੱਲ ਨਹੀਂ ਨਿਕਲਦਾ, ਹਾਂਜੀ ਹਾਂਜੀ, ਇਸ ਤਰ੍ਹਾਂ ਨਿਕਲਦਾ ਉਹ। ਫਿਰ ਉਹਦੀ ਠੂਠੀ ਬਣਦੀ ਆ, ਉਹਦੇ 'ਚ ਦਾਣੇ ਲਾਰਾ। ਉਹ ਕਿਹੜੇ ਛੱਪੜ 'ਚ ਸੀ? ਇਹ ਖਾਈ 'ਚ। ਨਾਲ ਸੀ ਤੁਹਾਡੇ ਪਿੰਡ? ਹਾਂ, ਨਾਲ ਸੀ ਸਾਡੇ ਪਿੰਡ। ਬਹੁਤ ਵੱਡਾ ਛੱਪੜ ਸੀ? ਬੜਾ, ਡਬਲ ਛੱਪੜ, ਮੱਛੀ ਉਹਦੇ 'ਚ, ਅਤੇ ਦੂਸਰਾ ਪੀਸ ਜਿਹੜੀ ਸੀ ਨਾ ਬਾਹਰ ਕੀ ਮੋਟੀ, ਉਹਦੇ ਥੱਲੇ ਫਿਰ ਕੱਢਣਾ ਜਦੋਂ ਸੁੱਕ ਜਾਣਾ ਉਹਨੇ ਸਿਆਲ, ਅਤੇ ਫਿਰ ਨਾਪਾ ਬੜਾ। ਉਹ ਪੱਤਰ ਜਿਹੜੇ ਸਨ ਨਾ ਉਹਦੇ ਕੌਲ ਡੋਡਿਆਂ ਦੇ, ਇਹਨਾਂ ਹਿੰਦੂਆਂ ਨੇ ਲਿਜਾਣੇ, ਇਹਨਾਂ ਨੇ ਪੱਤਲਾਂ ਦੇਣੀਆਂ, ਜਲੇਬਾਂ ਧਰ ਕੇ, ਲੱਡੂ। ਅੱਛਾ, ਉਹਦੇ ਉੱਤੇ ਰੱਖ ਕੇ ਖਾਂਦੇ ਸੀ? ਹਾਂ, ਖਾਂਦੇ ਸੀ। ਸਾਡੇ ਵੀ ਖੀਰਾ ਪਕਾਉਂਦੇ ਸੀ, ਖੀਰਾ ਉਹਦੇ ਉੱਤੇ ਹੀ ਖਾ ਲੈਂਦੇ, ਪ੍ਰਸ਼ਾਦ ਦਿੰਦੇ ਸੀ। ਹਾਂਜੀ, ਹਾਂ। ਤੁਸੀਂ ਕਦੀ ਉਹ ਗਏ ਹੋ ਇਹਨਾਂ ਦੇ ਦਰਬਾਰਾਂ ਵਗੈਰਾ ਤੇ? ਹਾਂ, ਗਿਆ ਮੈਂ ਖੁਦ ਗਿਆ। ਆਪ ਕਿਹੜੇ ਪਿੰਡ? ਆਪਣੇ ਹੀ ਪਿੰਡ ਘੁੜਾਵੇਂ। ਉੱਥੇ ਹੈਗਾ ਸੀ? ਹੈਗਾ ਸੀ ਹਿੰਦੂਆਂ ਦਾ, ਹਾਂ। ਉਹਨੂੰ ਸਵਾਲਾ ਬੋਲਦੇ ਸੀ। ਉਹ ਕਿਹੜੀ ਸਾਈਡ 'ਤੇ ਸੀ? ਉਹ ਆਪਣਾ ਦੱਖਣ ਵਾਲੀ ਸਾਈਡ 'ਤੇ। ਦੱਖਣ ਵਾਲੀ ਸਾਈਡ 'ਤੇ, ਹਾਂ। ਪੱਕਾ ਬਣਿਆ ਸੀ? ਹਾਂ, ਪੱਕਾ ਬਣਿਆ ਸੀ, ਤਲਾਅ ਬਣਿਆ ਸੀ, ਵਿੱਚ ਸੱਪ ਸਨ, ਬਾਹਰ ਸੱਪ ਪਏ ਰਹਿੰਦੇ ਸੀ। ਉਸ ਪਿੰਡ ਦੇ ਵਿੱਚ ਹੀ ਤੁਹਾਡੇ ਦਰਬਾਰ ਸੀ? ਹਾਂ, ਉਹ ਬਾਹਰ ਸੀ, ਬਾਹਰ ਬਾਹਰ ਪਿੰਡ ਦੇ ਨਾਲ ਹੀ ਸੀ, ਅਤੇ ਸੱਪ ਪਏ ਰਹੇ ਨੇ, ਕੁਛ ਵੀ ਨਹੀਂ ਆਖਣਾ ਉਹਨਾਂ ਨੇ। ਉਹ ਤਲਾਅ ਸੀ ਪਾਣੀ ਦਾ, ਮੱਝਾਂ ਵਾੜਨੀਆਂ, ਮੱਝਾਂ ਡੁੱਬ ਜਾਣੀਆਂ, ਮੱਝਾਂ ਨੂੰ ਕੁਛ ਨਹੀਂ ਸੀ ਕਹਿੰਦੇ ਸੱਪ? ਨਾ, ਕੁਛ ਵੀ ਨਹੀਂ ਆਖਣਾ। ਅਤੇ ਤੁਸੀਂ ਕਦੀ ਉੱਥੇ ਜਾਂਦੇ ਹੁੰਦੇ ਸੀ ਰੋਜ਼ਾਨਾ? ਨਹੀਂ ਨਹੀਂ, ਰੋਜ਼ਾਨਾ ਸਾਡਾ ਕੋਈ ਕੰਮ ਨਹੀਂ ਸੀ। ਅਸੀਂ ਤਾਂ ਜਾਂਦੇ ਸੀ ਕਦੇ ਕਦੇ, ਜਦੋਂ ਇਹ ਆਪਣਾ ਚੜਾਵੇ ਚੜਾਉਂਦੇ ਸੀ। ਅਤੇ ਹਿੰਦੂਆਂ ਦੇ ਨਾਲੇ ਕਹਿੰਦੇ ਘਰ ਥੋੜ੍ਹੇ ਸਨ ਉੱਥੇ, ਅਤੇ ਫਿਰ ਇਹ ਦੂਰੋਂ ਪਿੰਡਾਂ 'ਚੋਂ ਆਵਾ ਜਾਂਦੇ ਸੀ। ਪੁਰਾਣਾ ਬਣਿਆ ਸੀ? ਹਾਂ, ਪੁਰਾਣਾ ਸੀ, ਮੈਂ ਕਹਿੰਦਾ ਸਪੈਸ਼ਲ ਬਣਾਇਆ। ਹਾਂਜੀ, ਪੁਰਾਣਾ ਸੀ, ਉਹਦੇ 'ਚ ਮੂਰਤੀਆਂ ਕੋਈ ਢੱਗੇ ਦੀ, ਕੋਈ ਕਿਸੇ ਦੀ, ਕੋਈ ਕਾਹੇ ਦੀ, ਪੱਥਰ ਦੀਆਂ ਬਣੀਆਂ ਸਨ। ਟੱਲ ਲਟਕਿਆ ਸੀ, ਇੱਕ ਸੰਖ ਪਿਆ ਸੀ, ਇਹ ਸਾਰਾ ਮੰਦਿਰ ਦੇ। ਤੁਸੀਂ ਨਹੀਂ, ਤੁਸੀਂ ਉੱਥੇ ਜਿਹੜਾ ਈਦ ਬਰਾਤ ਕਿਵੇਂ ਮਨਾਉਂਦੇ ਸੀ, ਈਦ ਨੂੰ ਤੁਹਾਨੂੰ ਕੁਛ ਕਹਿੰਦੇ ਤਾਂ ਨਹੀਂ ਸੀ ਜਦੋਂ ਬੱਕਰੇ ਛੱਕਰੇ ਜਾਂ ਗਾਂ ਸ਼ਾਂ ਕਰਦੇ ਸੀ ਤੁਸੀਂ? ਸਾਨੂੰ ਗਾਂ ਜਿਹੜੀ ਸੀ ਨਾ, ਹਾਂਜੀ, ਇਹ ਰਾਜਾ ਕਰਨ ਨਹੀਂ ਸੀ ਦਿੰਦਾ, ਪਟਿਆਲੇ ਵਾਲਾ ਜੇ ਪਤਾ ਲੱਗ ਜਾਂਦਾ ਸੀ ਉਹਨੂੰ ਵੀ ਇਹਨਾਂ ਗਾਂ ਕੀਤੀ ਹੈ, ਉਹਨਾਂ ਨੂੰ ਫੜਨਾ 7 ਸਾਲ ਸਜ਼ਾ, ਬਗੈਰ ਅਗਵਾਵਾਂ ਤੋਂ ਸਜ਼ਾ ਕਰ ਸਕਦਾ। ਸਾਡੇ ਜੰਗਲਾਤ ਸੀ, ਚੋਰੀ ਛਪੋਰੀ ਗੋਲੀ ਮਾਰਨੀ ਅਤੇ ਉੱਥੇ ਬਾਹਰੀ ਕਰਨੇ ਛੋਡੇ, ਚੱਲ ਬਈ ਆਪਣਾ ਲੈ ਆਉਣਾ, ਭਾਫ ਵੀ ਨਹੀਂ ਕੱਢਦੇ, ਡਰ ਕੇ ਮੁਸਲਮਾਨ ਕੁਰਬਾਨੀ ਕਰਦੇ ਸੀ। ਹਾਂਜੀ, ਕੁਰਬਾਨੀ ਬੱਕਰੇ ਦੀ, ਛਤਰੇ ਦੀ, ਜੇ ਕਿਸੇ ਵੱਡੀ ਦੇਣੀ ਹੈ ਅਤੇ ਨਾਲ ਅੰਗਰੇਜ਼ੀ ਹੈ ਉੱਥੇ ਜਾ ਕੇ ਦੇਣੀ, ਉਹ ਕੁਰਬਾਨੀ ਵੀ ਨਹੀਂ ਦੇਣਗੇ, ਛਤਰਾ ਬੱਕਰਾ ਇਹ ਕਰ। ਆਜ਼ਾਦੀ ਨਹੀਂ ਸੀ ਹੈ, ਹਾਂ, ਹਾਲਾਂਕਿ ਕਹਿੰਦੇ ਸੀ ਅੰਗਰੇਜ਼ ਦੀ ਹਕੂਮਤ ਹੈ, ਹਾਂ, ਲੇਕਿਨ ਫਿਰ ਵੀ ਆਜ਼ਾਦੀ ਕੋਈ ਨਹੀਂ ਸੀ। ਬੜਾ ਬੰਜਰ ਦੇਖਿਆ। ਹੋਰ ਕੋਈ ਗੱਲਬਾਤ, ਕੋਈ ਲੜਾਈ ਛੜਾਈ ਦੀ ਕੋਈ ਪਿੰਡ ਦੀ ਯਾਦ ਹੈ? ਧਾਂਦੀ ਕੀ ਆ, ਲੜਾਈ ਉੱਥੇ ਹੀ ਪਹਿਲੇ ਸ਼ੁਰੂ ਉੱਥੇ ਹੀ ਹੋਈ ਆ। ਅੱਛਾ, ਜਿਹੜਾ ਤੁਸੀਂ ਦੱਸਿਆ, ਹਾਂ, ਉੱਥੇ ਦਾ ਭੁਰ ਰੇੜੀ ਦਾ ਸੌਣ ਸਿੰਘ ਸੀ, ਇਹ ਜਥੇਦਾਰ ਸੀ। ਸੌਣ ਸਿੰਘ ਜਥੇਦਾਰ ਭੁਰ ਰੇੜੀ ਦਾ, ਅਤੇ ਇਹਨੇ ਬੰਦੇ ਇਕੱਠੇ ਕਰਨੇ ਅਤੇ ਪਿੰਡਾਂ ਨੂੰ ਪੈ ਜਾਣਾ, ਇਹਨੂੰ ਮਾਰਨ ਵੀ ਲੱਗੇ, ਇਹਦੀ ਵਧੀ ਸੀ, ਬੰਦੂਕ ਸਿੱਧੀ ਕਰੀ ਆ, ਪਰ ਗੋਲੀ ਨਹੀਂ ਚਲਾਈ। ਤੁਹਾਡੇ ਪਿੰਡ ਵਾਲਿਆਂ ਨੇ? ਨਹੀਂ, ਧਾਂਦੀਆਂ ਵਾਲਿਆਂ ਨੇ। ਧਾਂਦੀਆਂ ਵਾਲਿਆਂ ਨੇ, ਹਾਂ। ਇਹਨੇ ਬੰਦੇ ਜਦੋਂ ਮਾਰੇ ਹੁੰਦੇ? ਇੱਕ ਸ਼ਿਕਾਰੀ ਬਹਾਰ ਸ਼ਾਹ ਸੀ, ਇੱਕ ਨੱਥੂ ਸ਼ਿਕਾਰੀ ਸੀ, ਇਹ ਦੋ ਸ਼ਿਕਾਰੀ ਸਨ। ਸ਼ਿਕਾਰੀ ਸਨ ਬੋਲੀ, ਇਹ ਸਾਡੇ ਪਿੰਡ ਦਾ ਸੀ, ਉਹਨੂੰ ਅਸੀਂ ਤਾਇਆ ਕਹਿ ਗਏ। ਅੱਛਾ,
ਬੋਲੀ ਬੋਲੀ ਨਾ ਇਹਨਾਂ ਨੇ ਕੋਸ਼ਿਸ਼ ਕੀਤੀ ਮਾਰਨ ਦੀ ਉਹਨੂੰ ਆ ਇਹ ਸਾਡੇ ਪਿੰਡ ਦਾ ਸੀ ਇਹ ਵੀ ਸ਼ਿਕਾਰੀ ਸੀ ਸਹੀ ਸਹੀ ਹਾਂ ਇਹ ਕਿੱਕਰ ਵਾਲੇ ਮਰਿਆ ਕੌਣ ਬੋਲੀ ਅੱਛਾ ਆ ਗਿਆ ਸੀ ਤੁਹਾਡੇ ਨਾਲ ਹਾਂ ਇੱਥੇ ਵੀ ਸ਼ਿਕਾਰ ਕਰਿਆ ਮੈਂ ਨਾਲ ਆ ਉਹਦੇ ਇੱਥੇ ਵੀ ਸ਼ਿਕਾਰ ਖੇਡਿਆ ਤੇ ਫਿਰ ਉਹ ਜਿਹੜਾ ਜਥੇਦਾਰ ਸੀ ਕਾਬੂ ਨਹੀਂ ਆਇਆ ਫਿਰ ਤੁਹਾਡੇ ਨਾ ਕਾਬੂ ਉਹ ਪਿੰਡ ਹੀ ਉੱਠ ਗਿਆ ਤੇ ਫਿਰ ਕਾਬੂ ਕੀ ਕਰਨਾ ਜਿਹੜੇ ਚੂੜੇ ਤੁਸੀਂ ਦੱਸੇ ਸੀ ਹਾਂ ਉਹ ਉੱਥੇ ਰਹਿ ਗਏ ਕਿ ਨਾਲ ਆਏ ਤੁਹਾਡੇ ਨਹੀਂ ਨਹੀਂ ਉਹ ਨਾਲ ਆਏ ਆ ਕਾਫਲੇ ਦੇ ਮੁਸਲਮਾਨ ਜਿਹੜੇ ਹਿੰਦੂ ਉੱਥੇ ਉਹ ਤੇ ਉੱਥੇ ਹੀ ਰਹਿਣਾ ਸੀ ਉੱਥੇ ਚੂੜੇ ਚ ਬਾਬਾ ਘਰ ਸਨ ਸਾਈਆਂ ਗਏ ਸਾਈਆਂ ਦਾ ਸਾਡੇ ਨੀ ਚੂੜੇ ਹੀ ਆਖੇਂਦੇ ਅਸੀਂ ਤੇ ਸਾਈਆਂ ਨੂੰ ਇੱਕ ਵਾਰੀ 10-15 ਘਰ ਸਨ ਇਹਨਾਂ ਦੇ ਇਸੇ ਤਰ੍ਹਾਂ ਚਮਿਆਰਾਂ ਦੇ ਸਨ ਉਹਨਾਂ ਦੇ ਵੀ ਹੈ ਚਮਾਰਾਂ ਦਾ ਚੂੜਿਆਂ ਦਾ ਦੱਸਿਆ ਨਹੀਂ ਆ ਚਮਾਰਾਂ ਦਾ ਚਮਾਰ ਛੱਜੂ ਚਮਾਰ ਉਹਦੇ ਤੋਂ ਅਸੀਂ ਜੁੱਤੀਆਂ ਕਢਾਉਂਦੇ ਸੀ ਨਵੀਆਂ ਹੈ ਬੰਦਾ ਚੰਗਾ ਸੀ ਹਾਂ ਚੰਗਾ ਬੰਦਾ ਠੀਕ ਸੀ ਕਰਿਆਨਾ ਦੇ ਦੁਕਾਨਾਂ ਇੱਕ ਤੋਂ ਦੋ ਦੁਕਾਨਾਂ ਦੀਆਂ ਐਡੀ ਕੋਈ ਦੁਕਾਨ ਮੁਸਲਮਾਨਾਂ ਦੀ ਹਾਂ ਹੋਰ ਨਹੀਂ ਕੋਈ ਕਿਹੜੀ ਕਿਹੜੀ ਫਸਲ ਹੁੰਦੀ ਸੀ ਉਸ ਇਲਾਕੇ ਦੇ ਵਿੱਚ ਉੱਥੇ ਤੁਹਾਡੇ ਹਰ ਫਸਲ ਹੋ ਰਹੀ ਸੀ ਪਾਣੀ ਸ਼ਾਣੀ ਹੈ ਸੀ ਨਹਿਰ ਦਾ ਪਾਣੀ ਤੇ ਖੁੱਲਾ ਫਸਲਾਂ 'ਚ ਜਾਂਦਾ ਸੀ ਉਹ ਜਿਹੜਾ ਘੱਗਰ ਸੀ ਨਾ ਜਿਹੜਾ ਉਹ ਪੂਰੀ ਨਹਿਰ ਪਿੰਡ ਨੂੰ ਜਾਂਦੀ ਸੀ ਬਾਕੀ ਪਾਣੀ ਫਸਲਾਂ 'ਚੋਂ ਕਿਸੇ ਨੇ ਬੰਨ ਕੇ ਲਾਉਣਾ ਇਸੇ ਤਰ੍ਹਾਂ ਫਿਰ ਜਾਣਾ ਠੀਕ ਹੋ ਗਿਆ ਜੰਗਲਾਤ ਵਿੱਚ ਜਾ ਰਿਹਾ ਕੋਈ ਰਾਬਤਾ ਕਰਨਾ ਚਾਹੇ ਤੁਹਾਡੇ ਨਾਲ ਉਸ ਪਿੰਡ ਦਾ ਬੰਦਾ ਬੈਠਾ ਹੋਵੇ ਹਾਂ ਤੁਸੀਂ ਆਪਣਾ ਨੰਬਰ ਦੱਸੋ ਕੀ ਤੁਹਾਡਾ ਆਹੋ 0333 820 7340 ਪੂਰਾ ਦੱਸੋ ਕੋਡ ਸਟਾਰ 0092 ਜੀ 0092 ਹਾਂਜੀ 333 ਹਾਂਜੀ 8207340 ਅਗਰ ਕੋਈ ਇੱਕ ਨੰਬਰ ਹੈ ਦੂਸਰਾ ਕਿੰਨਾ ਹੀ ਆ ਬਸ ਕਾਫੀ ਨਹੀਂ ਵਟਸਐਪ ਦਾ ਨੰਬਰ ਹੈ ਇਹ ਵਟਸਐਪ ਦਾ ਨੰਬਰ ਦੇਖਣਾ ਚਾਹੁੰਦੇ ਤੁਸੀਂ ਆਪਣਾ ਪਿੰਡ ਵੇਖ ਵੀ ਲਹੇਗੇ ਜੇ ਕੋਈ ਵਿਖਾਵੇ ਵੇਖ ਲੈਣ ਕਿਹੜਾ ਅਨਕਾਰ ਕਰਦਾ ਇਹ ਬੰਦਾ ਜਿਹੜਾ ਵੀ ਕੋਈ ਦੇਖੇਗਾ ਤੁਹਾਨੂੰ ਜ਼ਰੂਰ ਦਿਖਾ ਦੇਗਾ ਭਾਈ ਨੂੰ ਵੀਡੀਓ ਭੇਜ ਦੇਣਗੇ ਠੀਕ ਆ ਦੇਖਾਂਗੇ ਹੋਰ ਕੋਈ ਸਨਾਸ ਨੂੰ ਭੇਜਣਾ ਚਾਹੁੰਦੇ ਉੱਥੇ ਨਹੀਂ ਹੋਰ ਕੀ ਇਤਲਾ ਕਿਸੇ ਨਾਲ ਕੋਈ ਕਹਿਣਾ ਹੋਵੇ ਕੋਈ ਯਾਰ ਬੇਲੀ ਤੁਹਾਡੇ ਟਾਈਮ ਕਾ ਹੋਵੇ ਡਾਵੇ ਜੇ ਜੂੰਦਾ ਤੇ ਆਹ ਗੱਲ ਆ ਤਗੜਾ ਰਹੋ ਜਾਂ ਫਿਰ ਨਹੀਂ ਨਹੀਂ ਕੋਈ ਨਹੀਂ ਐਡਾ ਸਾਰੇ ਮੁਸਲਮਾਨਾਂ ਦਾ ਪਿੰਡ ਸੀ ਨਾ ਸਾਰੇ ਆ ਗਏ ਨਹੀਂ ਯਾਰ ਬੇਲੀ ਕੋਈ ਨਹੀਂ ਠੀਕ ਹੋ ਗਿਆ ਬਜ਼ੁਰਗੋ ਅੱਛਾ ਬੜਾ ਅੱਛਾ ਲੱਗਿਆ ਤੁਹਾਡਾ ਮਿਹਰਬਾਨੀ